विरोधी ये कहते हैं कहते कम भावें 50 लाख रुपए का करना हो पर आम आदमी पार्टी जी उसे करोड़ रुपया एडवरटेजमेंट पर खर्च दें। आप सवाल चुकते रहे इन गलों के उत्ते तो अज्ज सरकार साड़ी भी उही कम कर रही है। चरणजीत सिंह चन्नी नूं हराउण वाला मैं नहीं, इन्ना वांगू नहीं सीगा कि करिया कुछ नहीं तो दिखाई जावो कैलीफोर्निया। कुट उवीं अज बेरोजगारां ते पै रही है जिवें कैप्टन सरकार च पैंदी रही ते जिवें बादलां वेले कुट पैंदी रही। की लगदा तुहानूं कितें महसूस होया वी यार असीं उही तां नहीं कर रहे जो पुरानियां सरकारां, क्योंकि तुहाडे तों उम्मीदां वड्डियां सीगियां लोकां दीआं। ਕਹਿੰਦੇ ਬੰਧੂਆਂ ਮਜ਼ਦੂਰਾਂ ਦੀ ਤਰ੍ਹਾਂ ਕੰਮ ਕਰਦੇ ਨੇ, ਕਿੰਨੀ ਕੁ ਸੱਚਾਈ ਆ, ਕਿੰਨੀ ਕੁ ਖੁੱਲ੍ਹ ਹੁੰਦੀ ਆ? ਮੁੱਖ ਮੰਤਰੀ ਸਾਹਿਬ ਵੱਲੋਂ ਕੋਈ ਦਿੱਕਤ ਤਾਂ ਨਹੀਂ ਆਈ ਕਦੇ? ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਇੱਕ ਫਾਈਲ ਉਹਨਾਂ ਨੇ ਕੱਢ ਕੇ ਪਾਸੇ ਕਰਾਈ ਕਿ ਇਸ ਫਾਈਲ 'ਤੇ ਸਾਈਨ ਨਹੀਂ ਕਰਨਾ, ਠੀਕ ਆ ਜੀ। ਅਤੇ ਉਹ ਲੀਡਰਾਂ ਨੇ ਤਾਂ ਸਿਰਫ ਬੋਲਣਾ ਹੁੰਦਾ, ਟਵੀਟ ਟਵੂਟ ਜੇ ਕਰਕੇ ਜਾਂ ਇੱਧਰ ਸੋਸ਼ਲ ਮੀਡੀਆ 'ਤੇ ਇੱਧਰੋਂ ਉੱਧਰੋਂ ਬੋਲ ਕੇ ਬਸ ਉਹਨਾਂ ਨੇ ਵਾਹਵਾ ਖੱਟਣੀ ਹੁੰਦੀ ਆ। ਉਹਨਾਂ ਨੂੰ ਇਹ ਹੁੰਦਾ ਕਿ 4 ਦਿਨ ਕੋਈ ਮੁੱਦਾ ਚੱਕ ਲਓ, 4 ਦਿਨ ਕੋਈ ਮੁੱਦਾ ਚੱਕ ਲਓ। ਮੈਂ ਉਹੀ ਕਹਿਣਾ ਕਿ ਜਿਹੜੇ ਸਾਥੀ ਰਹਿ ਗਏ ਨੇ ਤੁਹਾਨੂੰ ਸਾਰਿਆਂ ਨੂੰ ਤੁਹਾਡੀ ਕਾਬਲੀਅਤ ਦੇ ਅਨੁਸਾਰ ਜਿਹੜੀਆਂ ਨੌਕਰੀਆਂ ਮਿਲਣਗੀਆਂ। ਵਿਰੋਧੀ ਕਹਿੰਦੇ ਵੀ ਸਾਰਾ ਕੰਮ ਦਿੱਲੀ ਤੋਂ ਚੱਲਦਾ, ਪੰਜਾਬ ਦੇ ਮੁੱਖ ਮੰਤਰੀ ਦਾ ਸਿਰਫ ਇੱਕ ਵਰਤੇ ਜਾ ਰਹੇ ਨੇ, ਕਿੰਨਾ ਕੁ ਸੱਚ ਹੈ ਇਸ ਗੱਲ 'ਚ? ਇਹਨਾਂ ਲੋਕਾਂ ਤੋਂ ਜਰਿਆ ਹੀ ਨਹੀਂ ਜਾਂਦਾ, ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ MLA ਦੀਆਂ ਕੁਰਸੀਆਂ, ਵਜ਼ੀਰੀਆਂ ਜਾਂ ਮੁੱਖ ਮੰਤਰੀ ਦੀਆਂ ਕੁਰਸੀਆਂ ਉਹ ਇਹਨਾਂ ਲਈ ਬਣੀਆਂ, ਇਹਨਾਂ ਦੇ ਪੁੱਤ ਧੀਆਂ ਲਈ ਬਣੀਆਂ। ਮੈਂ ਤੁਹਾਨੂੰ ਇੱਕੋ ਹੀ ਚੀਜ਼ ਕਹੂੰਗਾ ਕਿ ਜਾ ਕੇ ਭਦੌੜ ਦੇ ਉਹਨਾਂ 20-25 ਮੁੰਡਿਆਂ ਨੂੰ ਪੁੱਛ ਲਿਓ ਜਿਨ੍ਹਾਂ ਨੇ 20 ਫਰਵਰੀ ਨੂੰ ਮੇਰੀ ਗੱਡੀ 'ਤੇ ਹਮਲਾ ਕਰਿਆ ਸੀ। ਬੜੇ ਬੜੇ ਲੋਕ ਮਤਲਬ ਕਹਿੰਦੇ ਨੇ ਕਿ ਛੋਟਾ ਭਾਂਡਾ ਉਛਲ ਗਿਆ। ਜਿਹੜੀ ਸਰਕਾਰ ਤੋਂ ਸਾਨੂੰ ਉਮੀਦਾਂ ਸੀ ਕਿ ਸਾਡੇ ਪੁੱਤ ਸਰਿੰਜਾਂ ਤੋਂ ਬਚ ਜਾਣਗੇ ਅਤੇ ਉਹੀ ਅੱਜ ਸਰਕਾਰ ਸਾਡੇ 'ਤੇ ਪਰਚੇ ਕਰ ਰਹੀ ਆ। ਕਾਨੂੰਨ ਉੱਥੇ ਕੰਮ ਨਹੀਂ ਕਰਦਾ ਜਾਂ ਕਿਸੇ ਅਫਸਰ ਕੋਲੋਂ ਜਾਂਦੇ ਨੇ ਉੱਥੇ ਸੁਣਵਾਈ ਨਹੀਂ ਹੁੰਦੀ, ਤਾਂ ਹੀ ਫਿਰ ਜਿਹੜੇ ਲੋਕ ਨੇ ਪਰਮਿੰਦਰ ਝੋਟਾ ਜਾਂ ਹੋਰ ਵੀ ਬਹੁਤ ਸਾਰੇ ਲੋਕ ਨੇ ਫਿਰ ਹੀ ਉਹ ਕਾਨੂੰਨ ਨੂੰ ਹੱਥ 'ਚ ਲੈਂਦੇ ਨੇ। ਸਤਿ ਸ਼੍ਰੀ ਅਕਾਲ, ਵੀ ਸੋਸ਼ਲ ਦੇ ਪ੍ਰੋਗਰਾਮ ਸਿਆਸੀ ਖੁੰਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਮਨਪ੍ਰੀਤ ਰਾਮਣ ਵਾਸ। ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਦੌਰਾਨ ਬਹੁਤ ਸਾਰੇ ਚਿਹਰੇ ਪੰਜਾਬ ਦੀ ਸਿਆਸਤ ਦੇ ਵਿੱਚ ਕੁੱਦੇ, ਨਵੇਂ ਸੀ ਅਤੇ ਵੱਡੇ ਵੱਡੇ ਚਿਹਰਿਆਂ ਨੂੰ ਹਰਾ ਕੇ ਉਹ ਪੰਜਾਬ ਦੀ ਵਿਧਾਨ ਸਭਾ ਪਹੁੰਚਦੇ ਨੇ। ਉਹਨਾਂ ਦੇ ਵਿੱਚੋਂ ਹੀ ਇੱਕ ਚਰਚਾ ਦੇ ਵਿੱਚ ਰਹਿਣ ਵਾਲੇ ਚਿਹਰਾ ਲਾਭ ਸਿੰਘ ਉੱਗੋ ਕੇ ਸਾਡੇ ਨਾਲ ਹੋਣਗੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਪੰਜਾਬ ਦੇ ਉਸ ਸਮੇਂ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਿਆਂ ਨੂੰ ਹਰਾਇਆ। ਅਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਲਾਭ ਸਿੰਘ ਉੱਗੋ ਕੇ ਹੋਣਗੇ, ਹਲਕਾ ਵਿਧਾਇਕ ਭਦੌੜ। MLA ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ। ਸਤਿ ਸ਼੍ਰੀ ਅਕਾਲ ਜੀ। ਜੀ, ਹੋਰ ਸਿਹਤਾਂ ਠੀਕ ਨੇ? ਬਿਲਕੁਲ ਵਧੀਆ ਜੀ। ਮੈਂ ਜਿਵੇਂ ਗੱਲ ਕੀਤੀ ਆ ਜਦੋਂ ਨਵੇਂ ਨਵੇਂ ਚਿਹਰੇ ਪੰਜਾਬ ਦੀ ਸਿਆਸਤ ਵਿੱਚ ਕੁੱਦੇ ਨੇ, ਤੁਸੀਂ ਵੀ ਨਵੇਂ ਸੀ ਔਰ ਪੰਜਾਬ ਦੇ ਉਸ ਸਮੇਂ ਦੇ ਮੌਜੂਦਾ ਮੁੱਖ ਮੰਤਰੀ ਸੀ ਚਰਨਜੀਤ ਸਿੰਘ ਚੰਨੀ ਹੋਣੀ, ਉਹਨਾਂ ਨੂੰ ਹਰਾ ਕੇ ਪਹੁੰਚੇ, ਕਿਵੇਂ ਲੱਗਦਾ? ਜਿਵੇਂ ਪੰਜਾਬ ਦੀ ਸਿਆਸਤ ਬਾਰੇ ਤੁਸੀਂ ਪਹਿਲਾਂ ਸੋਚਦੇ ਹੁੰਦੇ ਸੀ ਜਦੋਂ ਵਰਕਰ ਸੀ ਜਾਂ ਆਮ ਸਿਆਸਤਦਾਨਾਂ ਨੂੰ ਦੇਖਦੇ, ਉਵੇਂ ਦਾ ਹੋ ਰਿਹਾ ਅੱਜ ਸਿਆਸਤ ਦੇ ਵਿੱਚ, ਅੱਜ ਵਿਧਾਇਕ ਹੋ, ਵਿਧਾਨ ਸਭਾ ਦੇ ਮੈਂਬਰ ਹੋ? ਸਭ ਤੋਂ ਪਹਿਲਾਂ ਜੀ, ਮੈਂ ਹਮੇਸ਼ਾ ਹੀ ਲੋਕਾਂ 'ਚ ਵੀ ਅਤੇ ਹਰ ਇੱਕ ਮੀਡੀਆ ਚੈਨਲ 'ਤੇ ਵੀ ਮੈਂ ਇੱਕੋ ਹੀ ਗੱਲ ਕਹਿਣਾ ਜੀ ਕਿ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲਾ ਮੈਂ ਨਹੀਂ ਜੀ, ਉਹ ਮੇਰੇ ਹਲਕੇ ਦੇ ਲੋਕ ਨੇ ਜੀ ਜਿਨ੍ਹਾਂ ਨੇ ਇੰਨਾ ਵੱਧ ਚੜ੍ਹ ਕੇ ਮੇਰਾ ਸਾਥ ਦਿੱਤਾ ਕਿ ਉਹਨਾਂ ਨੇ ਦੇਖਿਆ ਨਹੀਂ ਕਿ ਸਾਹਮਣੇ ਕੌਣ ਖੜਾ। ਸੋ ਮੈਂ ਤਾਂ ਹਮੇਸ਼ਾ ਰਿਣੀ ਉਹਨਾਂ ਲੋਕਾਂ ਦਾ ਜਿਹੜੇ ਮੈਨੂੰ ਇੱਥੋਂ ਤੱਕ ਲੈ ਕੇ ਆਏ ਜੀ। ਔਰ ਸਭ ਤੋਂ ਵੱਡੀ ਗੱਲ, ਤੁਸੀਂ ਪੁਰਾਣੀ ਸਿਆਸਤ ਦੇ ਨਾਲ ਗੱਲ ਕਰੀ ਕਿ ਪੁਰਾਣੀ ਸਿਆਸਤ 'ਤੇ ਵੀ ਸਾਨੂੰ ਕਿਸ ਤਰ੍ਹਾਂ ਲੱਗ ਰਿਹਾ। ਜੋ ਅਸੀਂ ਦੇਖਦੇ ਸੀ ਜਾਂ ਜੋ ਸੁਣਦੇ ਸੀ ਪੁਰਾਣੇ ਜੋ ਲੀਡਰ ਹੁੰਦੇ ਸੀ ਜਾਂ MLA ਜਾਂ ਮਿਨਿਸਟਰ ਹੁੰਦੇ ਸੀ, ਤਾਂ ਉਹਨਾਂ ਦੇ ਨਾਲੋਂ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਦੇ ਨਾਲ, ਉਹਨਾਂ ਸਾਡੇ MLA ਸਾਡੇ ਮੰਤਰੀ ਔਰ ਮੁੱਖ ਮੰਤਰੀ ਸਾਹਿਬ ਪੂਰੀ ਤਰ੍ਹਾਂ ਅਲੱਗ ਨੇ, ਕਿਉਂਕਿ ਇਹ ਆਮ ਲੋਕਾਂ ਵਰਗੀ ਆ। ਕਿਉਂਕਿ ਆਮ ਲੋਕਾਂ ਨੇ ਸਾਨੂੰ ਆਪਣੇ ਪੁੱਤ, ਸਾਨੂੰ ਆਪਣੇ ਭਰਾ, ਆਪਣੇ ਦੋਸਤ ਮਿੱਤਰ ਸਮਝ ਕੇ ਜਿਤਾਇਆ, ਕਿਉਂਕਿ ਰਾਜਨੀਤੀ ਨਾਲ ਤਾਂ ਸਾਡਾ ਨੇੜੇ ਕੋਈ, ਸਾਡਾ ਦੂਰ ਤੱਕ ਕੋਈ ਵਾਹ ਵਾਸਤਾ ਹੀ ਹੈ ਨਹੀਂ ਸੀ ਜੀ। ਤਾਂ MLA ਸਾਹਿਬ, ਜਦੋਂ ਤੁਸੀਂ ਚੋਣਾਂ ਦੇ ਵਿੱਚ ਸੀ ਤਾਂ ਮੈਂ ਤੁਹਾਡੇ ਘਰ ਮਾਤਾ ਹੋਣਿਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡੇ ਘਰ ਪੁੱਜਾ, ਪੀੜੀ ਜੀ ਗਲੀ 'ਚੋਂ ਲੰਘ ਕੇ ਤੁਹਾਡਾ ਘਰ ਆਉਂਦਾ ਹੈ, ਤਾਂ ਜਦੋਂ ਆਮ ਤੌਰ 'ਤੇ ਪਿੰਡ ਦੇ ਵਿੱਚ ਰਹਿੰਦੇ ਹੋ, ਬਹੁਤ ਸਾਰੇ ਲੋਕਾਂ ਦੀਆਂ ਮੁਸ਼ਕਲਾਂ ਹੁੰਦੀਆਂ, ਤੁਹਾਨੂੰ ਲੱਗਦਾ ਕਿ ਇਹ ਸਰਕਾਰ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਪਾਊਗੀ, ਖਾਸ ਤੌਰ 'ਤੇ ਜਿਹੜਾ ਮਜ਼ਦੂਰ ਵਰਗ ਆ ਪੰਜਾਬ ਦਾ, ਉਹ ਬੜਾ ਨਪੀੜਿਆ ਹੋਇਆ ਵਰਗ ਹੈ, ਤੁਹਾਨੂੰ ਲੱਗਦਾ ਵੀ ਉਸ ਤਰ੍ਹਾਂ ਸਰਕਾਰ ਕੰਮ ਕਰ ਰਹੀ ਹੈ ਉਹਨਾਂ ਲੋਕਾਂ ਦੇ ਉੱਤੇ, ਜਾਂ ਤੁਹਾਨੂੰ ਲੱਗਦਾ ਹੁੰਦਾ ਸੀ ਵੀ ਯਾਰ ਆਹ ਮੁਸ਼ਕਲਾਂ ਜਿਹੜੀਆਂ ਨੇ ਲੋਕਾਂ ਦੀਆਂ ਹੱਲ ਹੋਣੀਆਂ ਚਾਹੀਦੀਆਂ ਨੇ? ਬਿਲਕੁਲ ਜੀ, ਸਰਕਾਰ
पूरे तरीके दे नाल जिहड़े गरीब लोग ने जां मध्यवर्गी लोग ने, चलो जो इंडस्ट्रियल दे लई जो सरकार कर रही, क्योंकि कितने ना कितने वह चीज़ां भी जरूरी ने, बिल्कुल, पर इस वेले जदों तो सरकार चुनी गई है, क्योंकि असीं सारिआं नूं ही, ईवन के मुख्यमंत्री साहब भी कोई बाले कोई यह नहीं कि रजवाड़ा शाही परिवार के विचों 5-7 किल्यां दी जिमीदार फैमिली के विचों उठ के आए ने, अपना कैरियर बनाया, फिर उन्हूं छड़ के फिर एकदम राजनीति दे विच आए, पंजाब दे साढ़े संगरूर बरनाले दे लोगों ने माण बख्शा, अज पूरे पंजाब ने उन्होंने मुख्यमंत्री बना दिता। जिथे गल करी गई आम लोगों दी समस्यावां दी, देखो अज सब तो जिहड़ा अहम रोल हुंदा जिंदगी च अगे वधण लई ओह हुंदा जी पढ़ाई दा। सो अज पूरी सरकार सिक्ख्या दे खेत्र दे विच खास करके सरकारी स्कूलों बहुत अहमियत दे रही है, स्कूल ऑफ एमीनेंस जिहड़े खुल रहे ने, और उस तो बाद हुंदी आ सेहत आम आदमी क्लीनिक 580 पूरे पंजाब दे विच आम आदमी क्लीनिक खुल चुके ने, जिथों लखां लोग ही अपना इलाज है जिहड़ा ओह फ्री दे विच करवा रहे ने, और उहदे नाल नाल तीजा पंजाब जिहड़ा कदे जाणिया जांदा सी तकड़े जुस्से दे करके, तो अज खेडां ते भी बड़े चंगे तरीके नाल खेडां वतन पंजाब दीआं होईआं, उहदे च लखां जिहड़ा खिडारियां ने हिस्सा लिया, तो उन्होंने करोड़ों रुपए के इनाम जी धनराशियाँ वो वंडियां गई। सो सरकार जिहड़े आम लोगों की जिथे पहुँच होंदी उत्थे सरकार बड़े शिद्दत दे नाल उत्थे बड़े तरीके दे नाल काम कर रही है, तो उहदे रिजल्ट भी दिख रहे हैं जी। एक होर MLA साहब, जो तुसी अपने पिंड तो इधर चंडीगढ़ वालू आने बहुत सारे बड़े होर्डिंग लगे होंगे ने, मान साहब की फोटो लगी होंगी है, विरोधी ये कहते हैं कहते कम भावें 50 लाख रुपए का करना हो पर आम आदमी पार्टी जी उसे करोड़ रुपया एडवरटेजमेंट पर खर्च देती है, चैनलों व्डे व्डे फंड दिए जाते हैं ज होर व्डे इश्तहार किए जाते हैं, थोनू की लगता कि महसूस किया भी यार आप सवाल चुकते रहे हैं इन्होंने गलों के उत्ते, तो अच्छ सरकार साड़ी भी उही काम कर रही है। देखो जी सरकार उन्होंने बड़ा वखरा कर रही है जी, जे सरकार कित काम कर रही है तो उन्होंने दिखा भी रही है जी, तो इन्हों वगू नहीं कि करा कुछ नहीं तो दिखाई जावो कैलीफोर्निया, तो अजो कैलीफोर्निया कितने अज पानी दसा कितने आज घर घर नौकरी कितने अज कॉफी विद कैप्टन कितने आ, तो अज साडे बेरोजगारों बेरोजगारी भत्ता कितने आ, सरकार जो कर रही है वह दिखा भी रही है जी। तो एक MLA साहब यह भी होंगे जो तुम वोटा मंगन पिंडा के जाते खास तौर पर बजुर्गों की मंग यह होंगी जी सू पेंशन मिलनी चाहिए है, नौजवान पीढ़ी की मंग होंगी सूँ रुजगार मिलना चाहिए, किसानों के मसले ये ने भी जड़िया फसलों ने जो बर्बाद हो जाए कोई वाली वारस नहीं होंगे तो की लगता है, क्योंकि सवाल यह भी उठाते हैं विरोधी तो कहें भी कुट उवी अज बेरोजगारों पर पै रही है जिमें कैप्टन सरकार च पी रही तो जिमें बादलों वेले कुट पी रही, की लगता थोड़ू कितने महसूस होया भी यार असं उ नहीं कर रहे जो पुरानिया सरकार, क्योंकि तो उम्मीदा व्डिया सगिया लोगों ने। देखो जी मन एक चीज़ की संतुष्टि है कि सानू जो कोई मिल आया जी तो असं उन्हू कदे भी आपके दरवाजे तो मुड़ते नहीं जी, उन्होंने बिठाने वो समस्या सुनते हैं, तो जो कम साढ़े करे होंगे वो असी करते हैं, तो बहुते लोग मेरा हल्का क्योंकि एक ना एक चढ़ाई दे छोटा है 15 किलोमीटर तो लंबाई चो 78 किलोमीटर तो नाल साडे बहुते हल्के लगते हैं, जिदे जिम्मा माई माईसर खाना साहब का हो गया, बलकार सिद्धू जी का हो गया, तो इस तरह नाल दे हल्कियां तो आ जांदे, तो असीं उन्हां नूं बकायदा साडे संबंधित MLA साहब नाल फोन करके उन्हां नूं उन्हां दे दफ्तर भेज दें कि जी ये तुहाडा मसला तुहाडे हल्के दे MLA साहब करवाउण हल करवाउणगे। सो लोकां दी जिहड़ी साडे तो लोकां दीआं इच्छावां ने जां जो विश्वास साडे दे लोकां ने करिआ उहदे ते 100% खरा उतरन दे लई असीं दिन रात जिहड़ी ओह कोशिश आ ओह हर वक्त करदे रहिंदे जी। एक पिछले दिन मैं सुखपाल सिंह खहरा होणां दा इंटरव्यू किया, उन्होंने तुहाडे जिहड़े विधायक ने उन्हां दे सवाल उठाया, कहिंदे वी जो दिल्ली तो हुक्म आउंदा उही हुंदा है, तो जो इन्हों एक मैडम कहती है उन्होंने चैनलों में इंटरव्यू होंगे ने, तो एक कहें बंधुआ मजदूर की तरह काम करते हैं, कि सच्चाई आ कि खुल होंगी, मुख्यमंत्री साहब वालों कोई दिक्कत तो नहीं आई कदे? मैं जी 5 दिन पहला मुख्यमंत्री साहब न मिले जी, उन्होंने रिहायश थी तकरीबन 17-18 फाइलों से जिन्हों साइन करने के लिए कराने लिए ऑफिसर उन्होंने को बैठे से, तो मेरी भी उन्होंने नाल मैं मिलना सी उन्होंने, तो मैं सोफे दे दूसरी साइड ते मैं बैठा सी जी, तो मैं उत्थे एक चीज़ महसूस करी कि पंजाब दा मुख्यमंत्री किदां पंजाब नूं सांभण दे लई काम कर रहा, कि जदों साडा प्यो जां साडा बापू घर दा बजट बणाउंदा है कि अज ऐतकी बारी आ मुंडे दी फीस भरनी आ जां कुड़ी कोले संधारा लैके जाना जां आड़ती दे पैसे मोड़ने आ जां किसे गरीब कोई गरीब आपदा घर दा बजट बणाउंदा उहनूं हुंदा कि किसे दुकानदार दे पैसे मोड़ने आ जां जिमीदार तो कितों उधार फड़िया वह मोड़ना,
ਤਾਂ ਤੁਸੀਂ ਯਕੀਨ ਮੰਨਿਓ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਫਾਈਲਾਂ ਨੂੰ ਇਸ ਤਰ੍ਹਾਂ ਫਰੋਲ ਕੇ ਅਤੇ ਪੂਰਾ ਵਿਚਾਰ ਕਰਕੇ ਉਹਨਾਂ 'ਤੇ ਸਾਈਨ ਕਰ ਰਹੇ ਸੀ ਕਿ ਕਿਤੇ ਪੰਜਾਬ ਦੇ ਲੋਕਾਂ ਦਾ ਪੈਸਾ ਅਜਾਇਆ ਨਾ ਜਾਵੇ। ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇੱਕ ਫਾਈਲ ਉਹਨਾਂ ਨੇ ਕੱਢ ਕੇ ਪਾਸੇ ਕਰਾਈ ਕਿ ਇਸ ਫਾਈਲ 'ਤੇ ਸਾਈਨ ਨਹੀਂ ਕਰਨੀ, ਕਿਉਂਕਿ ਉਹਦੇ 'ਤੇ ਪੰਜਾਬ ਦੇ ਲੋਕਾਂ ਦਾ ਪੈਸਾ ਅਜਾਈ ਜਾਣਾ ਸੀ ਜੀ। ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਨੇ ਕਦੇ ਸਮਝਿਆ ਹੀ ਨਹੀਂ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਆ, ਉਹ ਲੋਕਾਂ ਦਾ ਮੁੱਖ ਮੰਤਰੀ ਆ, ਕਿਉਂਕਿ ਆਮ ਲੋਕਾਂ ਨੇ ਬੜੇ ਹੌਸਲੇ ਦੇ ਨਾਲ ਬੜੇ ਪਿਆਰ ਸਤਿਕਾਰ ਦੇ ਨਾਲ ਉਹਨਾਂ ਨੂੰ ਇਸ ਜਿਹੜੀ ਪੰਜਾਬ ਦੀ ਰਾਜ ਕਰਨ ਵਾਲੀ ਕੁਰਸੀ ਆ ਉਹਦੇ 'ਤੇ ਬਿਠਾਇਆ ਜੀ। ਕਦੇ ਮਾਨ ਸਾਹਿਬ ਨਾਲ ਗੱਲਬਾਤ ਹੋਈ ਵੀ ਜਿਹੜੀਆਂ ਆਹ ਹਲਕੇ ਦੀਆਂ ਸਮੱਸਿਆਵਾਂ ਨੇ, ਜਾਂ ਕਈ ਵਾਰੀ ਆਪਾਂ ਪੰਜਾਬ ਦੀ ਚਰਚਾ ਕਰਨ ਲੱਗੇ ਨਾ, ਕਦੇ ਚਰਚਾ ਕੀਤੀ ਵੀ ਪੰਜਾਬ 'ਚ ਨਸ਼ੇ ਦਾ ਵੀ ਬੜਾ ਮਾੜਾ ਹਾਲ ਹੈ, ਉਦੋਂ ਕਿਵੇਂ ਮੁੱਖ ਮੰਤਰੀ ਸਾਹਿਬ ਦਾ ਹੁੰਦਾ ਵੀ ਯਾਰ ਇਹਦਾ ਹੱਲ ਇਹ ਕੀਤਾ ਜਾ ਸਕਦਾ? ਮੈਂ ਮੁੱਖ ਮੰਤਰੀ ਸਾਹਿਬ ਨੂੰ ਜੀ ਮੈਂ ਤਕਰੀਬਨ ਡੇਢ ਕੁ ਮਹੀਨਾ ਪਹਿਲਾਂ ਜੀ ਇੱਕ ਮਤਲਬ ਆਪਣੇ ਵੱਲੋਂ ਇੱਕ ਛੋਟੀ ਜਿਹੀ ਸਲਾਹ ਦਿੱਤੀ ਸੀ ਜੀ ਕਿ ਜੀ ਜੇ ਅਸੀਂ ਇਸ ਤਰ੍ਹਾਂ ਕਰਕੇ ਦੇਖ ਲਈਏ ਤਾਂ ਦੇਖੋ ਵਿਰੋਧੀ ਕੁਛ ਕਹੀ ਜਾਣ, ਤੁਸੀਂ ਜਿਹੜੇ ਲੀਡਰ ਦਾ ਨਾਂ ਲਿਆ ਠੀਕ ਆ, ਮੈਨੂੰ ਤੁਸੀਂ ਸਾਰੀ ਜਾਣਦੇ ਹੋ ਕਿ ਜਦੋਂ ਸਾਡੇ ਨਾਲ ਪਾਰਟੀ 'ਚ ਸੀ ਤਾਂ ਉਦੋਂ ਉਹ ਸਾਰੇ ਦਿੱਲੀ ਵਾਲਿਆਂ ਨੂੰ ਮਾੜਾ ਕਹਿੰਦਾ ਹੁੰਦਾ ਸੀ ਦੂਸਰਿਆਂ ਨੂੰ, ਅਤੇ ਜਦੋਂ ਜਾ ਕੇ ਉਹ ਸੋਨੀਆ ਗਾਂਧੀ ਦੇ ਪੈਰਾਂ 'ਚ ਬੈਠ ਗਿਆ ਉਦੋਂ ਦਿੱਲੀ ਵਾਲੇ ਚੰਗੇ ਹੋ ਗਏ। ਅੱਜ ਤੁਸੀਂ ਇੱਕ ਸੈਟਅਪ ਲਾਇਆ ਦੇਖੋ ਜੀ, ਤੁਸੀਂ ਤਿੰਨ ਚਾਰ ਬੰਦੇ ਆਏ ਹੋ ਸਕਦਾ, ਤੁਹਾਡਾ ਡਰਾਈਵਰ ਵੀ ਹੋਵੇ ਗੱਡੀ, ਅਤੇ ਜਦੋਂ ਤੁਸੀਂ ਕਿਸੇ ਕੰਮ ਨੂੰ ਕਰਦੇ ਹੋ ਅਤੇ ਜੇ ਤੁਸੀਂ ਚਾਰੋ ਬੰਦੇ ਜਾਂ ਤਿੰਨੋਂ ਜੋ ਮੌਜੂਦ ਹੋ ਕਮਰੇ 'ਚ ਜੇ ਮਿਲ ਕੇ ਕਰੋਗੇ ਤਾਂ ਹੀ ਤਾਂ ਉਹ ਕੰਮ ਵਧੀਆ ਹੋਊਗਾ ਨਾ। ਬਿਲਕੁਲ ਬਿਲਕੁਲ, ਅਤੇ ਉਹੀ ਹੈਗਾ ਜੀ ਕਿ ਜਦੋਂ ਘਰ ਦੇ ਬਜ਼ੁਰਗ ਸਾਰੇ ਸਾਥੀ ਪਰਿਵਾਰਕ ਮੈਂਬਰ ਮਿਲ ਕੇ ਕੰਮ ਕਰਦੇ ਤਾਂ ਹੀ ਘਰ ਵਧੀਆ ਚੱਲਦਾ ਠੀਕ ਆ ਜੀ। ਅਤੇ ਉਹ ਲੀਡਰਾਂ ਨੇ ਤਾਂ ਸਿਰਫ ਬੋਲਣਾ ਹੁੰਦਾ ਟਵੀਟ ਟਵੂਟ ਜੇ ਕਰਕੇ, ਜਾਂ ਇੱਧਰ ਸੋਸ਼ਲ ਮੀਡੀਆ 'ਤੇ ਇੱਧਰੋਂ ਉੱਧਰੋਂ ਬੋਲ ਕੇ ਬਸ ਉਹਨਾਂ ਨੇ ਵਾਹ ਵਾਹ ਖੱਟਣੀ ਹੁੰਦੀ ਆ। ਉਹਨਾਂ ਨੂੰ ਇਹ ਹੁੰਦਾ ਕਿ ਚਾਰ ਦਿਨ ਕੋਈ ਮੁੱਦਾ ਚੱਕ ਲਓ, ਚਾਰ ਦਿਨ ਕੋਈ ਮੁੱਦਾ ਚੱਕ ਲਓ, ਅਤੇ ਇਹ 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 ਸਿਰਫ ਗੱਲਾਂ ਕਰਨ ਵਾਲੀ ਜੀ। ਪਿਛਲੇ ਦਿਨਾਂ 'ਚ ਪ੍ਰਤਾਪ ਸਿੰਘ ਬਾਜਵਾ ਹੋਣਿਆਂ ਦੇ ਨਾਲ ਵੀ ਉਹਨਾਂ ਨੇ ਤੁਹਾਡੇ ਬਾਰੇ ਕੁਛ ਬੋਲਿਆ, ਤਾਂ ਕੀ ਲੱਗਦਾ ਤੁਹਾਨੂੰ ਕਿ ਜਦੋਂ ਆਮ ਪਰਿਵਾਰ ਦਾ ਕੋਈ ਵੀ ਨੌਜਵਾਨ ਉੱਠ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਪੈਰ ਧਰਦਾ ਜਾਂ ਇੱਕ ਵੱਡੇ ਅਹੁਦੇ 'ਤੇ ਵਿਰਾਜਮਾਨ ਹੁੰਦਾ, ਤੁਹਾਨੂੰ ਲੱਗਦਾ ਕਿ ਉਹ ਵਿਰੋਧੀਆਂ ਦੀ ਵਿਖਲਾਟ ਹੁੰਦੀ ਹੈ, ਜਾਂ ਫਿਰ ਕਈ ਵਾਰੀ ਗੱਲਾਂ ਹੀ ਸਾਡੇ ਤੋਂ ਇਹੋ ਜਿਹੀਆਂ ਹੁੰਦੀਆਂ ਕਿ ਲੋਕ ਸਵਾਲ ਚੁੱਕਣ ਲੱਗ ਜਾਂਦੇ ਨੇ ਤੁਹਾਡੇ 'ਤੇ? ਨਹੀਂ ਦੇਖੋ ਜੀ, ਮੈਂ ਉਸ ਵੇਲੇ ਵੀ ਸਾਰੇ ਮੀਡੀਆ ਚੈਨਲਸ ਨੂੰ ਸਾਰੇ ਸਾਥੀਆਂ ਨੂੰ ਇੱਕ ਹੀ ਗੱਲ ਕਹੀ ਸੀ ਕਿ ਜਿਹੜਾ ਇਨਸਾਨ ਕਿਰਤ ਕਰਦਾ ਜੀ, ਅਤੇ ਅਸੀਂ ਜਦੋਂ ਕਿਰਤ ਨੂੰ ਮਾੜਾ ਕਹਾਂਗੇ, ਇਹ ਉਹ ਧਰਤੀ ਹੈ ਜਿੱਥੇ ਬਾਬੇ ਨਾਨਕ ਨੇ ਕਿਰਤ ਦਾ ਉਪਦੇਸ਼ ਦਿੱਤਾ। ਸੋ ਕਿਸੇ ਦੇ ਕਿੱਤੇ 'ਤੇ, ਹੁਣ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਜਿਹੜੇ ਜਿਹੜੇ ਮਤਲਬ ਦਲਿਤ ਲੋਕ ਹੁੰਦੇ ਸੀ ਜਾਂ ਜਿਹਨਾਂ ਨੂੰ ਛੂਤ ਕਿਹਾ ਜਾਂਦਾ ਸੀ, ਤਾਂ ਉਹਨਾਂ ਦੇ ਕਿੱਤੇ ਦੇ ਨਾਲ ਹੀ ਉਹ ਜਿਹੜੀ ਰਜਵਾੜਾ ਸ਼ਾਹੀ ਸੀ ਜਾਂ ਜਿਹੜੇ ਉਹ ਉਸ ਸਮੇਂ ਆਪਾਂ ਕਹਿ ਦਈਏ ਕਿ ਵਿਰੋਧੀ ਲੋਕ ਸੀ ਉਹਨਾਂ ਦੇ, ਅਤੇ ਉਹ ਉਹਨਾਂ ਦੇ ਕਿੱਤੇ ਤੋਂ ਹੀ ਨਫ਼ਰਤ ਕਰਦੇ ਸੀ। ਨਹੀਂ, ਇਨਸਾਨ ਤਾਂ ਸਾਰੇ ਹੀ ਨੇ, ਅੱਜ ਜਾਤਾਂ ਕੌਮਾਂ ਦੇ ਵਿੱਚ ਜੇਕਰ ਵੰਡਿਆ ਇਨਸਾਨ ਦੇ ਅੰਦਰ ਖੂਨ ਤਾਂ ਉਹੀ ਆ। ਸਾਨੂੰ ਪਰਮਾਤਮਾ ਨੇ, ਸ੍ਰਿਸ਼ਟੀ ਨੇ ਸਾਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਇੱਕ ਬਣਾਇਆ। ਹਾਂ, ਸਰੀਰ ਦਾ ਢਾਂਚਾ ਅਲੱਗ ਹੋ ਸਕਦਾ ਕਿ ਕੋਈ ਪਤਲਾ, ਕੋਈ ਮੋਟਾ, ਕੋਈ ਉੱਚਾ, ਕੋਈ ਨੀਵਾਂ, ਬਿਲਕੁਲ ਹੈ ਨਾ, ਉਸ ਤਰ੍ਹਾਂ ਹੋ ਸਕਦਾ, ਪਰ ਸਾਨੂੰ ਕੁਦਰਤ ਨੇ ਬਣਾਇਆ ਇੱਕੋ ਜਿਹੀ ਆ। ਬਿਲਕੁਲ, ਸੋ ਕਿਸੇ ਦੀ ਕਿਰਤ 'ਤੇ ਇਸ ਤਰ੍ਹਾਂ ਸਵਾਲ ਉਠਾਉਣੇ, ਔਰ ਨਾਲੇ ਅਸੀਂ ਸਾਡੇ ਕੋਈ ਪੁਰਖਿਆਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ, ਪੁਰਾਣੇ ਲੀਡਰ ਤਾਂ ਹੈ ਨਹੀਂ ਸੀ ਵੀ ਉਹਨਾਂ ਨੇ ਲੁੱਟ ਕੇ ਇਹੋ ਜਿਹਾ ਕੁਛ ਬਣਾਇਆ, ਅਸੀਂ ਤਾਂ ਜੋ ਹੈ ਅੱਜ ਸੀ, ਜੋ ਕੱਲ੍ਹ ਸੀ ਉਹੀ ਅੱਜ ਹੈ। ਇਹ ਤਾਕਤ, ਇਹ ਹਿੰਮਤ, ਇਹ ਹੌਸਲਾ, ਇਹ ਕੁਰਸੀ ਮੇਰੇ ਲੋਕਾਂ ਦੀ ਆ, ਜਿੰਨਾ ਟਾਈਮ ਮੇਰੇ ਲੋਕ ਚਾਹੁਣਗੇ ਇੱਥੇ ਅਸੀਂ ਰਹਾਂਗੇ। ਮੈਂ ਨਾ ਤੁਹਾਡੀ ਇੱਕ ਇੰਟਰਵਿਊ ਸੁਣ ਰਿਹਾ ਸੀ, ਉਹਦੇ ਤੁਸੀਂ ਕਹਿ ਰਹੇ ਸੀ ਕਿ ਜਦੋਂ ਸਮਾਂ ਇਹੋ ਜਿਹਾ ਸੀ ਪਰਿਵਾਰ 'ਤੇ, ਮੈਂ ਬਹੁਤ ਸਾਰੀ ਮਜ਼ਦੂਰੀ ਵੀ ਕਰਨੀ ਪਈ ਸਾਂ, ਬਹੁਤ ਸਾਰੇ ਕੰਮ ਅਜਿਹੇ ਕੀਤੇ ਕਿ ਪਰਿਵਾਰ ਦਾ ਗੁਜ਼ਾਰਾ ਚਲਾਉਣ ਦੇ ਲਈ, ਜਦੋਂ ਤੁਸੀਂ ਸੜਕ ਦੇ ਉੱਤੋਂ ਦੀ ਲੰਘ ਰਹੇ ਹੁੰਦੇ ਹੋ ਜਾਂ ਬਹੁਤ ਸਾਰੇ ਮਜ਼ਦੂਰ ਨੇ ਜਿਹੜੇ ਉਹਨਾਂ ਨੂੰ ਦੇਖਦੇ ਹੋ, ਤੁਹਾਨੂੰ ਕੀ ਲੱਗਦਾ ਤੁਸੀਂ ਤਾਂ ਉਹ ਸਾਰੇ ਕੰਮ ਕੀਤੇ ਹੋਏ ਨੇ, ਮਜ਼ਦੂਰ ਵਰਗ ਦੀਆਂ ਜਿਹੜੀਆਂ ਮੁੱਖ ਸਮੱਸਿਆਵਾਂ ਨੇ, ਜਾਂ ਕਹਿ ਲਈਏ ਆਹ ਵੱਡੀ ਮਜ਼ਦੂਰਾਂ ਨੂੰ ਲੋੜ ਆ, ਤੁਹਾਨੂੰ ਕੀ ਲੱਗਦਾ ਉਹ ਕਿਹੜੀ ਲੋੜ ਅੱਜ ਦੇ ਸਮੇਂ 'ਚ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕਿ ਕਿਸੇ ਵੀ ਮਜ਼ਦੂਰ ਦਾ ਪੁੱਤ ਆ ਜਿਹੜਾ, ਜਾਂ ਜਿਹੜਾ ਮਜ਼ਦੂਰ ਆ, ਉਹ ਆਪਣੇ ਪੁੱਤ ਜਾਂ ਧੀ ਨੂੰ ਇਹ ਨਹੀਂ ਚਾਹੁੰਦਾ ਹੁੰਦਾ ਕਿ ਮਜ਼ਦੂਰ ਬਣੇ। ਬਿਲਕੁਲ ਬਿਲਕੁਲ, ਉਹ ਚਾਹੁੰਦਾ ਹੁੰਦਾ ਕਿ ਇੱਕ ਚੰਗਾ ਅਫਸਰ ਬਣੇ, ਅਤੇ ਉਹਦੇ ਲਈ ਜ਼ਰੂਰੀ ਹੁੰਦੀ ਆ ਪੜ੍ਹਾਈ ਜੀ, ਅਤੇ ਉਹ ਪੜ੍ਹਾਈ ਆ ਜਿਹੜੀ ਉਹ ਪੰਜਾਬ ਦੀ ਸਰਕਾਰ, ਮਾਣਯੋਗ ਮੁੱਖ ਮੰਤਰੀ ਸਾਹਿਬ ਲੋਕਾਂ ਤੱਕ ਘਰ ਘਰ ਲੈ ਕੇ ਚੰਗੇ ਤਰੀਕੇ ਨਾਲ ਜਾ ਰਹੇ ਆ ਜੀ। ਜਿੱਦਾਂ ਹੁਣ ਸ਼੍ਰੀ ਹਰੀਕੋਟਾ ਗਏ ਤਾਂ ਉੱਥੇ ਬੱਚਿਆਂ ਨੂੰ ਲੈ ਕੇ ਗਏ, ਸਾਡੇ ਮਿਨਿਸਟਰ ਸਾਹਿਬ ਵੀ ਉੱਥੇ ਗਏ, ਹਰਜੋਤ ਬੈਂਸ ਜੀ, ਸੋ ਸਿੰਗਾਪੁਰ ਟੀਚਰਸ ਨੂੰ ਭੇਜਿਆ ਜਾ ਰਿਹਾ। ਸੋ ਬੜੇ ਚੰਗੇ ਤਰੀਕੇ ਨਾਲ ਇੱਕ ਸੋਚ ਲੈ ਕੇ ਅੱਗੇ ਵੱਧ ਰਹੇ ਹਾਂ, ਕਿਉਂਕਿ ਜਿਹੜੇ ਮੇਰੇ ਵਰਗੇ ਆਮ ਜ਼ਮੀਨ 'ਤੇ ਰਹਿਣ ਵਾਲੇ ਲੋਕ ਨੇ, ਉਹਨਾਂ ਨੂੰ ਸਿਰਫ ਇੱਕੋ ਹੀ ਚੀਜ਼ ਅੱਗੇ ਲੈ ਕੇ ਜਾ ਸਕਦੀ ਹੈ, ਸਭ ਤੋਂ ਵੱਡਾ ਹਥਿਆਰ ਉਹਨਾਂ ਦਾ ਉਹੀ ਆ ਕਿ ਪੜ੍ਹਾਈ।
ਤੇ ਉਹਦੇ ਲਈ ਕੰਮ ਕਰ ਰਹੇ ਹਾਂ ਜੀ ਜੀ ਤੇ ਦੂਸਰੀ ਗੱਲ ਕਿ ਨੌਕਰੀਆਂ ਦੀ ਇਹਨਾਂ ਨੇ 7-7 ਸਾਲ ਕੋਈ ਨੌਕਰੀਆਂ ਨਹੀਂ ਖੋਲ੍ਹੀਆਂ ਅਤੇ ਅੱਜ 30,000 ਤੋਂ ਉੱਪਰ ਜਿਹੜੀਆਂ ਨੌਕਰੀਆਂ ਮਿਲੀਆਂ ਤੁਸੀਂ ਜਿੱਦਾਂ ਗੱਲ ਕਰੀ ਸੀ ਕਿ ਪੁਰਾਣੀਆਂ ਸਰਕਾਰਾਂ ਦੇ ਕੁੱਟਣ ਦੇ ਅਤੇ ਹੋਣ ਦੇ ਬਿਲਕੁਲ ਮੈਂ ਕਹਿੰਦਾ ਜੀ ਮੈਂ ਇੱਕੋ ਹੀ ਬੇਨਤੀ ਕਰਦਾ ਹੁੰਦਾ ਹਰ ਇੱਕ ਜਿਹੜੇ ਸਾਥੀ ਸਾਡੇ ਕੋਲ ਆਉਂਦੇ ਨੇ ਜੀ ਕਿ ਦੇਖੋ ਸਬਰ ਉਹ ਬੜਾ ਜ਼ਰੂਰੀ ਆ ਕਿਉਂਕਿ ਸਬਰ ਦੇ ਨਾਲ ਤੁਸੀਂ ਹਰ ਇੱਕ ਚੀਜ਼ ਨੂੰ ਜਿੱਤ ਸਕਦੇ ਹੋ ਸੋ ਜੇ ਅਸੀਂ 5 ਇਨਸਾਨ ਇਸ ਕਮਰੇ ਦੇ ਵਿੱਚ ਮੌਜੂਦ ਹਾਂ ਅਤੇ ਜੇ ਅਸੀਂ ਮੰਨ ਲਓ ਪਾਣੀ ਦਾ ਗਲਾਸ ਉਹ ਪਹਿਲੇ ਬੰਦੇ ਤੋਂ ਸ਼ੁਰੂ ਕਰਦੇ ਹਾਂ ਤਾਂ ਇੱਧਰ ਸਾਡੀ ਵਾਰੀ ਵੀ ਆ ਜਾਣੀ ਹੈ ਅਤੇ ਜੇ ਤੁਹਾਡੇ ਕੰਨੀ ਉਹ ਸ਼ੁਰੂ ਕਰਾਂਗੇ ਤਾਂ ਉਹਦੀ ਵੀ ਆ ਜਾਣੀ ਹੈ ਸੋ ਮੈਂ ਉਹੀ ਕਹਿਣਾ ਕਿ ਜਿਹੜੇ ਸਾਥੀ ਰਹਿ ਗਏ ਨੇ ਤੁਹਾਨੂੰ ਸਾਰਿਆਂ ਨੂੰ ਤੁਹਾਡੀ ਕਾਬਲੀਅਤ ਦੇ ਅਨੁਸਾਰ ਜਿਹੜੀਆਂ ਨੌਕਰੀਆਂ ਮਿਲਣਗੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਉਹਨਾਂ ਦੀ ਪੂਰੀ ਟੀਮ ਇਸ ਚੀਜ਼ ਲਈ ਵਚਨਬੱਧ ਹੈ ਤੁਹਾਨੂੰ ਵਿਸ਼ਵਾਸ ਹੈ ਪੰਜਾਬ ਦੇ ਮੁੱਖ ਮੰਤਰੀ ਅਤੇ ਤੁਹਾਡੀ ਪਾਰਟੀ ਦੇ ਉੱਤੇ ਕਿ ਜਦੋਂ ਤੁਸੀਂ ਦੁਬਾਰਾ ਵੋਟਾਂ ਮੰਗਣ ਦੇ ਲਈ ਘਰਾਂ 'ਚ ਜਾਣਾ ਉਦੋਂ ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਪਊਗੀ ਕਿ ਅਸੀਂ ਰੁਜ਼ਗਾਰ ਦੇਵਾਂਗੇ ਜਾਂ ਆਹ ਕੰਮ ਜਿਹੜੇ ਤੁਹਾਡੇ ਬਾਕੀ ਰਹਿੰਦੇ ਨੇ ਕਰਾਂਗੇ ਉਸ ਸਮੇਂ ਤੱਕ ਹੋ ਜਾਣਗੇ 5 ਸਾਲਾਂ 'ਚ ਲੱਗਦਾ ਤੁਹਾਨੂੰ ਕਿ ਇਹ ਸਾਰੇ ਕੰਮ ਨਿਪਟਾ ਲਏ ਜਾਣਗੇ ਦੇਖੋ ਜੀ ਮੈਨੂੰ ਪੰਜਾਬ ਦੇ ਮੁੱਖ ਮੰਤਰੀ 'ਤੇ ਜੀ ਆਪਣੇ ਨਾਲੋਂ ਵੀ ਵੱਧ ਮਾਣ ਹੈ ਕਿਉਂਕਿ ਅਸੀਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਨੂੰ ਦੇਖ ਕੇ ਹੀ ਚੱਲੇ ਸੀ ਕਿ ਯਾਰ ਜੇ ਇਹ ਇਨਸਾਨ ਆਪਣਾ ਕੈਰੀਅਰ ਛੱਡ ਕੇ ਜੇ ਇੱਧਰ ਆਏ ਨੇ ਤਾਂ ਕੁਛ ਨਾ ਕੁਛ ਭਲਾ ਕਰਨ ਦੇ ਲਈ ਆਏ ਨੇ ਅਤੇ ਮੈਨੂੰ ਪੂਰਾ ਮਾਨ ਆ ਜੀ ਕਿ ਜਦੋਂ ਅਸੀਂ ਵੋਟਾਂ ਮੰਗਣ ਜਾਵਾਂਗੇ ਤਾਂ ਉਹਨਾਂ ਨੂੰ ਦੱਸਾਂਗੇ ਕਿ ਆਹ ਤੁਹਾਡੇ ਲਈ ਕਰ ਦਿੱਤਾ ਗਿਆ ਇੱਕ MLA ਸਾਹਿਬ ਸੱਚੋ ਸੱਚ ਦੱਸਿਓ ਵੀ ਫੋਨ ਦਿੱਲੀ ਤੋਂ ਆਉਂਦਾ ਕਿ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣੀ ਕਰ ਲੈਂਦੇ ਨੇ ਵੀ ਲਾਭ ਸਿਆਂ ਅੱਜ ਆਹ ਕੰਮ ਕਰਨਾ ਵਿਰੋਧੀ ਕਹਿੰਦੇ ਵੀ ਸਾਰਾ ਕੰਮ ਦਿੱਲੀ ਤੋਂ ਚੱਲਦਾ ਪੰਜਾਬ ਦੇ ਮੁੱਖ ਮੰਤਰੀ ਦਾ ਸਿਰਫ ਇੱਕ ਵਰਤੇ ਜਾ ਰਹੇ ਨੇ ਕਿੰਨਾ ਕੁ ਸੱਚ ਹੈ ਇਸ ਗੱਲ 'ਚ ਪੰਜਾਬ ਦੇ ਲੋਕਾਂ ਨੇ ਜੀ ਪੰਜਾਬ ਚਲਾਉਣ ਲਈ ਸਰਦਾਰ ਭਗਵੰਤ ਮਾਨ ਜੀ ਨੂੰ ਦਿੱਤਾ ਜੀ ਅਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰ ਰਿਹਾ ਹਾਂ ਇੱਕ ਚੀਜ਼ ਜ਼ਰੂਰ ਹੁੰਦੀ ਆ ਕਿ ਮੈਂ ਤੁਹਾਡੇ ਨਾਲ ਵੀ ਗੱਲ ਕਰੀ ਕਿ ਹਰ ਇੱਕ ਜਦੋਂ ਇੱਕ ਟੀਮ ਹੁੰਦੀ ਹੈ ਨਾ ਤਾਂ ਟੀਮ ਦੇ ਵਿੱਚ ਹਰ ਇੱਕ ਬੰਦੇ ਦੀ ਅਹਿਮੀਅਤ ਹੁੰਦੀ ਆ ਜੀ ਤੁਸੀਂ ਅੱਜ ਇੰਟਰਵਿਊ ਰਿਕਾਰਡ ਕਰੋਗੇ ਤਾਂ ਤੁਹਾਡੇ ਐਡੀਟਰ ਨੇ ਇਹਨੂੰ ਫਾਈਨਲ ਟੱਚ ਉਹਨਾਂ ਨੇ ਦੇਣਾ ਅਤੇ ਫਿਰ ਤੁਹਾਡਾ ਕੋਈ ਸਾਥੀ ਹੋਣਾ ਜਿਹਨੇ ਇਹਨੂੰ ਅਪਲੋਡ ਕਰਨਾ ਬਿਲਕੁਲ ਬਿਲਕੁਲ ਹੈ ਨਾ ਜੀ ਤਾਂ ਉਹ ਚੀਜ਼ ਹੁੰਦੀ ਆ ਕਿ ਸਾਰੀ ਟੀਮ ਮਿਲ ਕੇ ਕੰਮ ਕਰਦੀ ਆ ਅਤੇ ਮੈਨੂੰ ਇੱਕ ਚੀਜ਼ ਇਹ ਦਿਖਾ ਦੇਣ ਕਿ ਜਿਹੜੇ ਜਿਹੜੇ ਕਦੇ ਇੱਧਰੋਂ ਵਿਧਾਇਕ ਬਣ ਕੇ ਅੱਜ ਛਾਲਾਂ ਮਾਰ ਕੇ ਉੱਧਰ ਜਾ ਕੇ ਬਹਿ ਜਾਂਦੇ ਜਾਂ ਜਿਹਨਾਂ ਨੇ ਪੰਜਾਬ ਨੂੰ ਲੁੱਟਿਆ ਜਾਂ ਪੰਜਾਬ ਨੂੰ ਲੁੱਟ ਲੁੱਟ ਆਪਣੇ ਘਰ ਭਰੇ ਆ ਅਤੇ ਪੰਜਾਬ ਦੇ ਲੋਕਾਂ ਨੇ ਜੇ ਆਪਣੇ ਪੁੱਤਾਂ ਨੂੰ ਭਰਾਵਾਂ ਨੂੰ ਚੁਣ ਲਿਆ ਤਾਂ ਤੁਹਾਡੇ ਲਈ ਗੱਲ ਪਹਿਲਾਂ ਕਿ ਇਹਨਾਂ ਤੋਂ ਅਸਲ ਦੇ ਵਿੱਚ ਅਸੀਂ ਜਰੇ ਹੀ ਨਹੀਂ ਜਾ ਰਹੇ ਕਿ ਯਾਰ ਇੱਕ ਆਮ ਮਜ਼ਦੂਰ ਦਾ ਪੁੱਤ ਇੱਕ ਜ਼ਿਮੀਂਦਾਰ ਦਾ ਪੁੱਤ ਜਿਹੜੇ 7-8 ਕਿੱਲਿਆਂ ਦਾ ਸੀ ਡਾਕਟਰ ਜੀਵਨਜੋਤ ਕੌਰ ਆਪਣੇ ਸਮਾਜ ਸੇਵਾ ਦੇ ਕੰਮ ਕਰਦੀ ਕਰਦੀ ਉਹ MLA ਬਣ ਗਈ ਠੀਕ ਆ ਇੱਥੇ ਨਰਿੰਦਰ ਕੌਰ ਭਰਾਜ ਸਾਡੀ ਭੈਣ ਜਿਹਨੇ 2014 ਦੇ ਵਿੱਚ ਉਹਨਾਂ ਨੂੰ ਕਿਹਾ ਕਿ ਗੁੰਡਿਆਂ ਨੇ ਬੂਥ ਲਾਉਣ ਤੋਂ ਰੋਕਿਆ ਅਤੇ ਉਹਨੇ ਕਿਹਾ ਕਿ ਤੁਸੀਂ ਚੂੜੀਆਂ ਪਾ ਲਓ ਅਤੇ ਅੱਜ ਉਹ ਕੁੜੀ MLA ਬਣ ਗਈ ਇਹਨਾਂ ਲੋਕਾਂ ਤੋਂ ਜਰਿਆ ਹੀ ਨਹੀਂ ਜਾਂਦਾ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ MLA ਦੀਆਂ ਕੁਰਸੀਆਂ ਵਜ਼ੀਰੀਆਂ ਜਾਂ ਮੁੱਖ ਮੰਤਰੀ ਦੀਆਂ ਕੁਰਸੀਆਂ ਉਹ ਇਹਨਾਂ ਲਈ ਬਣੀਆਂ ਇਹਨਾਂ ਦੇ ਪੁੱਤ ਧੀਆਂ ਲਈ ਬਣੀਆਂ ਪਰ ਪੰਜਾਬ ਦੇ ਲੋਕਾਂ ਨੇ ਉਹ ਚੀਜ਼ ਸਾਬਤ ਕਰਤੀ ਕਿ ਜੇ ਕੋਈ ਵੀ ਇਲੈਕਸ਼ਨ ਜਿੱਤ ਸਕਦਾ ਤਾਂ ਪੰਜਾਬ ਦੇ ਲੋਕ ਉਹਨਾਂ ਨੂੰ ਉਹਨਾਂ ਦਾ ਸਾਥ ਦੇ ਕੇ ਆਪਣੀ ਸਰਕਾਰ ਚੁਣ ਸਕਦੇ ਇੱਕ MLA ਸਾਹਿਬ ਜਦੋਂ ਤੁਹਾਡੇ ਨਾਲ ਕਈ ਵਾਰੀ ਵਿਵਾਦ ਜੁੜੇ ਨੇ ਸਹਿਣੇ ਵਾਲਾ ਵਿਵਾਦ ਜੁੜ ਗਿਆ ਜਾਂ ਹੋਰ ਵੀ ਕਈ ਮਸਲੇ ਤੁਹਾਡੇ ਨਾਲ ਜੁੜ ਜਾਂਦੇ ਉਹ ਜੁੜ ਹੀ ਜਾਂਦੇ ਨੇ ਜਾਂ ਫਿਰ ਦਿਮਾਗ ਦੇ ਵਿੱਚ ਹੁੰਦਾ ਵੀ ਯਾਰ ਉੱਥੇ ਜਾ ਕੇ ਐਵੇਂ ਕਹਿਣਾ ਉਹ ਕਿਵੇਂ ਹੁੰਦਾ ਕਹਿੰਦੇ ਲਾਭ ਸਿਓ ਥੋੜ੍ਹਾ ਜਿਹਾ ਹੰਕਾਰ 'ਚ ਆ ਗਏ ਕਹਿੰਦੇ ਆਮ ਘਰ ਦਾ ਮੁੰਡਾ ਸੀ ਅਤੇ ਵਿਧਾਇਕ ਬਣ ਗਿਆ ਕਿੰਨਾ ਕੁ ਸੱਚ ਹੈ ਇਸ ਗੱਲ 'ਚ ਮੈਂ ਜੀ ਤੁਹਾਨੂੰ ਤਾਂ ਅੱਜ ਮੈਂ 3 ਕੁ ਦਿਨ ਪਹਿਲਾਂ ਰਣਜੀਤ ਰਾਣੇ ਦਾ ਗੀਤ ਆਇਆ ਮਿੱਟੀਏ ਸ਼ਾਇਦ ਇਹੀ ਨਾਮ ਉਹਦਾ ਜੀ ਤਾਂ ਮੈਂ ਮੇਰੇ ਮਾਂ ਬਾਪ ਨੇ ਔਰ ਮੇਰੇ ਬਾਪੂ ਨੇ ਮੇਰੇ ਦਾਦੇ ਨੇ ਮੈਨੂੰ ਇੱਕ ਚੀਜ਼ ਸਿਖਾਈ ਸੀ ਕਿ ਇਨਸਾਨ ਆ ਜਿਹੜਾ ਉਹ ਸਵਾਹ ਉਹ ਮਿੱਟੀ ਹੈ ਅਤੇ ਉਹਨੇ ਮਿੱਟੀ ਹੋ ਜਾਣਾ ਇੱਕ ਦਿਨ ਹੰਕਾਰ ਕਰਕੇ ਤੁਸੀਂ ਕੀ ਕਰ ਲਉਂਗੇ ਹੰਕਾਰ ਦੇ ਨਾਲ ਕਿਸੇ ਨੂੰ ਜਿੱਤਿਆ ਨਹੀਂ ਜਾਂਦਾ ਹੰਕਾਰ ਦੇ ਨਾਲ ਤੁਸੀਂ ਗਵਾ ਸਾਰਾ ਕੁਛ ਸਕਦੇ ਹੋ ਤੁਸੀਂ ਹੰਕਾਰ ਕਰ ਲਿਆ ਤੁਸੀਂ ਗੁੱਸਾ ਕਰ ਲਿਆ ਪਹਿਲੀ ਗੱਲ ਤਾਂ ਤੁਸੀਂ ਆਪਣੇ ਤੋਂ ਕੰਟਰੋਲ ਗਵਾਤਾ ਔਰ ਹਾਂ ਮੈਂ ਦੇਖੋ ਮੈਂ ਨਾ ਤਾਂ ਕਦੇ ਝੂਠ ਬੋਲਿਆ ਅਤੇ ਨਾ ਹੀ ਮੈਨੂੰ ਇਹ ਚੰਗਾ ਲੱਗਦਾ ਕਿ ਸਾਹਮਣੇ ਵਾਲਾ ਮੇਰੇ ਨਾਲ ਝੂਠ ਬੋਲੇ ਆ ਜਿਹੜੇ ਲੋਕ ਕਹਿੰਦੇ ਨੇ ਕਿ ਲਾਭ ਗੋਕੇ ਨੇ ਦੇ ਵਿੱਚ ਹੰਕਾਰ ਆ ਗਿਆ ਜਾਂ ਇਹਨੇ ਪਰਚੇ ਕਰਾਤੇ ਮੈਂ ਤੁਹਾਨੂੰ ਇੱਕੋ ਹੀ ਚੀਜ਼ ਕਹੂੰਗਾ ਕਿ ਜਾ ਕੇ ਭਦੌੜ ਦੇ ਉਹਨਾਂ 20-25 ਮੁੰਡਿਆਂ ਨੂੰ ਪੁੱਛ ਲਿਓ ਜਿਨ੍ਹਾਂ ਨੇ 20 ਫਰਵਰੀ ਨੂੰ ਮੇਰੀ ਗੱਡੀ 'ਤੇ ਹਮਲਾ ਕਰਿਆ ਸੀ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਲਿਓ ਜੀ ਕਿ ਅਸੀਂ ਉਹਨਾਂ ਦੇ ਖਿਲਾਫ ਇੱਕ ਵੀ ਦਿਨ ਕੋਈ ਪ੍ਰਸ਼ਾਸਨ ਨੂੰ ਪੁਲਿਸ ਨੂੰ SSP ਨੂੰ DSP ਨੂੰ ਜਾਂ SH ਨੂੰ ਕਿਹਾ ਹੋਵੇ ਕਿ ਉਹਨਾਂ ਮੁੰਡਿਆਂ ਨੂੰ ਤੰਗ ਕਰੋ ਭਾਈ ਕਿਉਂਕਿ ਮੈਂ
ਭਰਾ ਜੀ ਉਸ ਚੀਜ਼ ਲਈ ਆਇਆ ਹੀ ਨਹੀਂ ਜੀ। ਮੈਂ ਇੱਕ ਚੀਜ਼ ਸੋਚਦਾ ਕਿ ਜੇ ਤੁਸੀਂ ਗੁੱਸੇ ਦੇ ਵਿੱਚ ਆ ਕੇ ਜੀ ਸਾਹਮਣੇ ਵਾਲੇ ਦਾ ਮਾੜਾ ਸੋਚੋਗੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ ਦਾ ਸੰਤੁਲਨ ਵਿਗੜੂਗਾ ਕਿਉਂਕਿ ਗੁੱਸਾ ਹਮੇਸ਼ਾ ਤੁਹਾਡੀ ਸਿਹਤ ਨੂੰ ਖਰਾਬ ਕਰਦਾ। ਅਤੇ ਜੇ ਮੈਂ ਕਿਸ ਦਿਮਾਗ ਨੂੰ ਲਾਉਣਾ ਹੀ ਆ ਤਾਂ ਮੈਂ ਸਹੀ ਪਾਸੇ ਕਿਉਂ ਨਾ ਲਾਵਾਂ ਜੀ। ਔਰ ਮੈਂ ਇੱਕੋ ਚੀਜ਼ ਜਾਣਦਾ ਜੀ, ਹੰਕਾਰ ਇਸ ਬੰਦੇ ਦੇ ਵਿੱਚ ਮੈਂ ਅੱਜ ਵੀ ਮੇਰੇ ਲੋਕਾਂ ਦੇ ਪੈਰਾਂ ਦੇ ਥੱਲੇ ਹੱਥ ਦੇ ਦੂੰ ਜਾ ਕੇ, ਕਿਉਂਕਿ ਮੈਨੂੰ ਇੱਥੋਂ ਤੱਕ ਲੈ ਕੇ ਆਉਣ ਦੇ ਲਈ ਮੇਰੇ ਉਹ ਲੋਕਾਂ ਦਾ ਸਾਥ ਆ, ਮੇਰੇ ਲੋਕਾਂ ਦੀ ਤਾਕਤ ਆ। ਅਤੇ ਮੇਰੇ ਲੋਕਾਂ ਨੂੰ ਪਤਾ ਕਿ ਮੈਂ ਕਦੇ ਨਹੀਂ ਹੰਕਾਰ ਦਾ, ਕਿਉਂਕਿ ਬੜੇ ਬੜੇ ਲੋਕ ਮਤਲਬ ਕਹਿੰਦੇ ਨੇ ਕਿ ਛੋਟਾ ਭਾਂਡਾ ਉਛਲ ਗਿਆ। ਮੈਂ ਕਹਿੰਦਾ ਪਰਮਾਤਮਾ ਦਾ ਮੈਂ ਸ਼ੁਕਰ ਕਰਦਾ ਕਿ ਉਹਨੇ ਮੇਰੇ ਭਾਂਡੇ ਨੂੰ ਛੋਟਾ ਬਣਾਇਆ ਤਾਂ ਕਿ ਮੇਰਾ ਭਾਂਡਾ ਜਦੋਂ ਭਰ ਗਿਆ ਤਾਂ ਮੇਰੇ ਕਿਸੇ ਸਾਥੀ ਨੂੰ ਵੀ ਦਿੱਤਾ ਜਾ ਸਕੇ। ਅਤੇ ਅਸੀਂ ਉਹ ਸੋਚ ਨਹੀਂ ਰੱਖਦੇ ਕਿ ਸਿਰਫ ਮੇਰਾ ਹੀ ਭਾਂਡਾ ਜਿਹੜਾ ਉਹ ਭਰੀ ਜਾਵੇ ਅਤੇ ਗੁਆਂਢੀ ਨੂੰ ਜਾਂ ਕਿਸੇ ਦੋਸਤ ਮਿੱਤਰ ਨੂੰ ਕੁਛ ਮਿਲੇ ਹੀ ਨਾ ਜੀ। ਜਦੋਂ MLA ਸਾਹਿਬ ਤੁਸੀਂ ਸਿਆਸਤ ਦੇ ਵਿੱਚ ਸ਼ੁਰੂਆਤ ਕੀਤੀ, ਇੱਕ ਵਰਕਰ ਦੇ ਤੌਰ 'ਤੇ ਆਏ, ਜੋ ਤੁਸੀਂ ਪੰਜਾਬ ਦੀ ਸਿਆਸਤ ਨੂੰ ਦੇਖਦੇ ਸੀ ਵੀ ਯਾਰ ਆਹ ਕੰਮ ਆ ਲੋਕਾਂ ਦੇ, ਆਹ ਲੀਡਰ ਕਰਦਾ ਕਿਉਂ ਨਹੀਂ, ਇਹਦਾ ਕੰਮ ਬੜਾ ਛੋਟਾ ਹੈ, ਉਦੋਂ ਦਿਮਾਗ 'ਚ ਆਉਂਦਾ। ਅੱਜ ਤੁਸੀਂ ਵਿਧਾਇਕ ਹੋ, ਹਲਕੇ ਦੇ ਮਾਲਕ ਹੋ ਅਤੇ ਪੰਜਾਬ ਦੇ ਵਿੱਚ ਸਰਕਾਰ ਤੁਹਾਡੀ, ਤੁਹਾਨੂੰ ਲੱਗਦਾ ਹੁੰਦਾ ਵੀ ਯਾਰ ਆਹ ਸਮੱਸਿਆ ਜਿਹੜੀ ਉਦੋਂ ਸਾਨੂੰ ਛੋਟੀ ਲੱਗਦੀ ਸ਼ਾਇਦ ਵਾਕਈ ਹੀ ਵੱਡੀ ਆ, ਲੀਡਰ ਇਸ ਕਰਕੇ ਨਹੀਂ ਕਰ ਪਾਉਂਦਾ ਸੀ ਕਿ ਉਹ ਲੀਡਰ ਕਰਨੇ ਹੀ ਨਹੀਂ ਚਾਹੁੰਦੇ ਸੀ, ਉਹ ਸਮੱਸਿਆ ਹੁਣ ਵੈਸੇ ਵੱਡੀਆਂ ਬਣਾ ਦਿੰਦੇ ਸੀ। ਦੇਖੋ ਜੀ, ਕੁਛ ਤਾਂ ਇਹ ਵੀ ਹੁੰਦਾ ਕਿ ਉਹ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਉਹ ਉਹਨਾਂ ਦੇ ਨਿਪਟਾਰੇ ਦੇ ਲਈ। ਦੇਖੋ, ਜਦੋਂ ਮੈਂ MLA ਬਣਿਆ, ਜਦੋਂ ਅਸੀਂ ਸਹੁੰ ਚੁੱਕੀ ਆ, ਤਾਂ ਉਸ ਤੋਂ ਬਾਅਦ ਮੇਰੇ ਹਲਕੇ ਦੀਆਂ ਜਿੰਨੀਆਂ ਸਮੱਸਿਆਵਾਂ ਸੀ ਜੀ, ਤਾਂ ਉਹਨਾਂ ਦੇ ਲਈ ਮੈਂ DO ਲੈਟਰਸ ਲਿਖ ਕੇ ਮੁੱਖ ਮੰਤਰੀ ਸਾਹਿਬ ਦੇ ਨਾਮ 'ਤੇ ਜੀ ਬਕਾਇਦਾ ਸਾਰੇ ਉਹਨਾਂ ਨੂੰ ਭੇਜਦੇ ਸੀ। ਘੱਟੋ ਘੱਟ 95 ਦੇ ਕਰੀਬ DO ਲੈਟਰ ਸੀ, ਕਿਉਂਕਿ ਮੈਂ 2013 ਤੋਂ ਮੇਰੇ ਉਹਨਾਂ ਪਿੰਡਾਂ 'ਚ ਵਿਚਰ ਰਿਹਾ ਜੀ। ਅਤੇ ਮੈਨੂੰ ਅੱਜ ਪਤਾ ਕਿ ਸਾਡੇ ਕਿਹੜੇ ਪਿੰਡ ਦੇ ਵਿੱਚ ਕਿੱਥੇ ਖੇਡ ਗਰਾਊਂਡ ਦੀ ਸਮੱਸਿਆ ਜੀ, ਕਿੱਥੇ ਡਿਸਪੈਂਸਰੀ ਦੀ ਸਮੱਸਿਆ, ਅਤੇ ਕਿੱਥੇ ਸਾਡੇ ਸਕੂਲਾਂ ਦੀ ਸਮੱਸਿਆ, ਅਤੇ ਕਿੱਥੇ ਸਾਡੇ ਸੜਕਾਂ ਦੀ ਸਮੱਸਿਆ। ਤੁਹਾਨੂੰ ਛੋਟੀ ਜਿਹੀ ਗੱਲ ਦੱਸਣਾ ਚਾਹੂੰਗਾ ਕਿ ਮੇਰੇ ਹਲਕੇ ਦੇ ਵਿੱਚ ਛੋਟੇ ਟੋਟੇ ਜਿਹੜੇ 6 ਕਿਲੋਮੀਟਰ ਤੋਂ ਲੈ ਕੇ 1.5 ਕਿਲੋਮੀਟਰ ਤੱਕ ਦੇ ਸੜਕਾਂ ਦੇ ਕੱਚੇ ਰਸਤੇ ਪਏ ਨੇ, ਤਾਂ ਉਹਨਾਂ 78 ਸੜਕਾਂ ਸੀ ਮੇਰੇ ਹਲਕੇ ਦੀਆਂ। ਅਤੇ ਉਹ ਮੈਨੂੰ ਪਤਾ ਸੀ ਕਿ ਕਿਹੜੇ ਕਿਹੜੇ ਪਿੰਡਾਂ ਦੀਆਂ। ਬਕਾਇਦਾ ਮੈਂ ਤੁਹਾਨੂੰ ਹੁਣ ਭਾਵੇਂ ਫੋਨ ਕਾਲ ਲਾ ਕੇ ਮੇਰੇ ਹਲਕੇ ਦੇ ਲੋਕਾਂ ਨੂੰ ਪੁੱਛ ਲਓ ਕਿ ਜੇ ਮੈਨੂੰ ਪਤਾ ਕਿ ਭੰਦੇੜ ਤੋਂ ਅਨੂਪਗੜ੍ਹ ਦੀ ਜਿਹੜੀ ਸੜਕ ਆ 1.5 ਕਿਲੋਮੀਟਰ ਉਹ ਸਾਡੀ ਹੱਦਬੰਦੀ ਦੀ ਉਹ ਕੱਚੀ ਸੀ, ਅਤੇ ਮੈਂ ਉਹਦਾ DO ਲੈਟਰ ਮੁੱਖ ਮੰਤਰੀ ਸਾਹਿਬ ਨੂੰ ਲਿਖਤਾ ਸੀ ਕਿ ਮੁੱਖ ਮੰਤਰੀ ਸਾਹਿਬ ਆਹ ਸਾਡੇ ਹਲਕੇ ਦੀ ਸੜਕ ਆ ਜੀ, ਇਹਨੂੰ ਮਨਜ਼ੂਰੀ ਦਿਓ ਜੀ। ਤਾਂ 78 ਸੜਕਾਂ ਦੇ ਜਿਹੜੇ ਮੈਂ DO ਲੈਟਰ ਦੇ ਚੁੱਕਿਆ, ਕਾਲਜ ਬਣਾਉਣ ਦੇ ਲਈ ਮੈਂ ਮਤਲਬ DO ਲੈਟਰ ਦੇ ਚੁੱਕਿਆ, ਮੇਰੇ ਹਲਕੇ ਦੇ ਵਿੱਚ 10 ਖੇਡ ਪਾਰਕਾਂ 'ਤੇ ਕੰਮ ਚੱਲ ਰਿਹਾ, ਉਹਦੇ 'ਚੋਂ 2 ਬਣੀ ਜਾ ਰਹੇ ਆ, 12 ਲਾਇਬ੍ਰੇਰੀਆਂ ਦਾ ਕੰਮ ਚੱਲ ਰਿਹਾ, ਉਹਦੇ 'ਚੋਂ 1 ਤਿਆਰ ਹੋ ਚੁੱਕੀ ਆ ਰੂੜੇ ਕੇ ਕਲਾਂ, ਦੂਜੀਆਂ ਹੋ ਰਹੀਆਂ, 6 ਕਮਿਊਨਿਟੀ ਸੈਂਟਰ 'ਚ ਪੰਚਾਇਤ ਘਰਾਂ ਦੇ ਨਾਂ 'ਤੇ ਅਸੀਂ ਧਾਲੀਵਾਲ ਸਾਹਿਬ ਉਦੋਂ ਪੰਚਾਇਤ ਮੰਤਰੀ ਸੀ ਫੰਡ ਲਿਆ, 6 ਉਹਨਾਂ ਦਾ ਕੰਮ ਚੱਲ ਰਿਹਾ, ਠੀਕ ਹੈ ਜੀ। ਤਾਂ ਮਤਲਬ ਕਿ ਲੋਕਾਂ ਦੇ ਜਿਹੜੇ ਕੰਮ ਨੇ, ਮੈਨੂੰ ਵੀ ਪਤਾ ਸੀ ਉੱਥੋਂ ਹੀ ਉੱਠ ਕੇ ਆਏ ਹਾਂ ਜੀ, ਅਤੇ ਮੈਨੂੰ ਪਤਾ ਕਿ ਮੈਂ ਆਪਣੀਆਂ ਸਮੱਸਿਆਵਾਂ ਦੀਆਂ ਚਿੱਠੀਆਂ ਮੁੱਖ ਮੰਤਰੀ ਸਾਹਿਬ ਨੂੰ ਪਾਤੀਆਂ ਸੀ, ਅਤੇ ਸਮੇਂ ਸਮੇਂ 'ਤੇ ਉਹਨਾਂ ਦਾ ਜਵਾਬ ਆ ਜਿਹੜਾ ਉਹ ਆਉਂਦਾ ਰਹਿੰਦਾ ਜੀ। ਤਾਂ ਇੱਕ ਇਹ ਵੀ ਹੁੰਦਾ ਤੁਹਾਡੇ ਨਾਲ, ਤਾਂ ਜਦੋਂ ਤੁਸੀਂ ਚੋਣ ਜਿੱਤੀ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਿਆਂ ਨੂੰ ਹਰਾਇਆ, ਕਹਿੰਦੇ ਵੀ ਲਾਭ ਸਿੰਘ ਉੱਗੋ ਕੇ ਮਿਨਿਸਟਰ ਬਣਨਗੇ ਅਤੇ ਉਹਨਾਂ ਕੋਲ ਅਹੁਦਾ ਵੀ ਚੰਗਾ ਜਾਣਾ, ਉਦੋਂ ਨਹੀਂ ਬਣ ਪਾਏ। ਉਸ ਤੋਂ ਬਾਅਦ ਕਈ ਵਾਰੀ ਮਿਨਿਸਟਰ ਜਿਹੜੇ ਨੇ ਉਹ ਚੇਂਜ ਵੀ ਕੀਤੇ, ਤੁਹਾਨੂੰ ਕਦੇ ਕਦੇ ਲੱਗਦਾ ਹੁੰਦਾ ਸੀ ਵੀ ਯਾਰ ਇਸ ਵਾਰੀ ਵਾਰੀ ਆ ਸਕਦੀ ਹੈ, ਜਾਂ ਕਦੇ ਹਾਈਕਮਾਂਡ ਨਾਲ ਗੱਲਬਾਤ ਹੋਈ ਹੋਵੇ ਭਾਈ ਤੁਹਾਡਾ ਵੀ ਨੰਬਰ ਲੱਗ ਸਕਦਾ, ਕਿਉਂਕਿ ਚਰਚਾ ਬੜੀ ਸੀ ਤੁਹਾਡੀ। ਮੈਂ ਇੱਕੋ ਚੀਜ਼ ਜਾਣਦਾ ਜੀ ਕਿ ਮੇਰੇ ਭਦੌੜ ਦੇ ਲੋਕਾਂ ਨੇ ਬੇਸ਼ੱਕ ਮੈਨੂੰ ਵੋਟਾਂ ਪਾਈਆਂ ਜੀ, ਕਿਉਂਕਿ ਮੈਂ ਜਿੱਤਿਆ ਉਹਨਾਂ ਦੀਆਂ ਵੋਟਾਂ ਕਰਕੇ ਹਾਂ, ਪਰ ਪੂਰੇ ਪੰਜਾਬ ਨੇ ਜਿੱਥੇ ਹਿੰਦੀ ਪੰਜਾਬੀ ਸਮਝਣ ਵਾਲੇ ਲੋਕ ਰਹਿੰਦੇ ਆ, ਅਤੇ ਬਹੁਤੇ ਹੋਰ ਭਾਸ਼ਾਵਾਂ ਦੇ ਲੋਕ ਵੀ, ਜਦੋਂ ਉਹਨਾਂ ਨੇ ਮੇਰੀ ਸਟੋਰੀ ਨੂੰ ਮੀਡੀਆ ਸੋਸ਼ਲ ਮੀਡੀਆ 'ਤੇ ਦੇਖਿਆ ਤਾਂ ਮੇਰੇ ਲਈ ਦੁਆਵਾਂ ਬੜੀਆਂ ਉਹਨਾਂ ਨੇ ਕਰੀਆਂ। ਅਤੇ ਮੈਂ ਇੱਕ ਚੀਜ਼ ਜਾਣਦਾ ਕਿ ਮੈਂ ਜਿੱਥੇ ਹਾਂ ਮੇਰੇ ਲੋਕਾਂ ਕਰਕੇ, ਮੈਂ ਕਦੇ ਉਹ ਚੀਜ਼ ਦਾ ਵੀ ਸੁਪਨਾ ਨਹੀਂ ਸੀ ਲਿਆ ਜੀ, ਅਤੇ ਮੈਂ ਇਸੇ ਦੇ ਵਿੱਚ ਖੁਸ਼ ਹਾਂ। ਅਤੇ ਮੈਂ ਤਾਂ ਕਦੇ ਸੋਚਿਆ ਨਹੀਂ ਕਿ ਸੱਤ ਮਤਲਬ ਸਾਨੂੰ ਵਜ਼ੀਰੀਆਂ ਮਿਲਣ, ਕਿਉਂਕਿ ਲਾਲਚ ਲੈ ਕੇ ਮਨ ਦੇ ਵਿੱਚ ਆ ਹੀ ਨਹੀਂ ਸੀ, ਇੱਕ ਵਲੰਟੀਅਰ ਦੀ ਤਰ੍ਹਾਂ ਝੰਡਾ ਚੱਕਿਆ ਸੀ, ਕੰਮ ਕਰਨਾ ਸ਼ੁਰੂ ਕਰਿਆ ਪਾਰਟੀ 'ਚ। ਅਤੇ ਜਿਸ ਦਿਨ ਮੈਨੂੰ ਹਲਕਾ ਇੰਚਾਰਜ ਲਾਉਣ ਦੇ ਲਈ ਮੈਨੂੰ ਬੁਲਾਇਆ ਗਿਆ, ਤਾਂ ਜਿਹੜੇ ਨੰਬਰ ਤੋਂ ਮੈਨੂੰ ਫੋਨ ਆਇਆ ਸੀ ਉਹ ਨੰਬਰ ਵੀ ਮੇਰੇ ਕੋਲ ਸੇਵ ਨਹੀਂ ਸੀ, ਮੈਂ ਦੁਬਾਰੇ ਫੋਨ ਕਰਕੇ ਕਨਫਰਮ ਕਰਿਆ ਕਿ ਵਾਕਈ ਮੈਨੂੰ ਦਿੱਲੀ ਬੁਲਾਇਆ ਗਿਆ। ਅੱਛਾ। ਅਤੇ ਬਾਅਦ ਦੇ ਵਿੱਚ ਜਦੋਂ ਮੈਂ ਮਿਲਿਆ ਉਹਨਾਂ ਨੂੰ ਦਿੱਲੀ ਜਾ ਕੇ, ਤਾਂ ਮੈਨੂੰ ਪਤਾ ਲੱਗਿਆ ਉਹ ਨੰਬਰ ਸੰਦੀਪ ਪਾਠਕ ਦਾ ਸੀ, ਅਤੇ ਉਹ ਮੇਰੇ ਕੋਲ ਉਸ ਟਾਈਮ ਉਹ ਨੰਬਰ ਵੀ ਨਹੀਂ ਸੀ ਸੇਵ, ਤਾਂ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਮੈਂ MLA ਬਣ ਜੂੰ। ਇਹ ਕੁਰਸੀ ਮੇਰੇ ਲੋਕਾਂ ਦੀ ਦੇਣ ਆ, ਇਹ ਵਾਹਿਗੁਰੂ ਦੇ ਕਰਕੇ ਆ, ਕਿਉਂਕਿ ਉਹ ਪਰਮਾਤਮਾ ਨੇ ਤੁਹਾਡੇ ਲਈ ਸਾਰਾ ਕੁਛ ਸਿਰਜਿਆ ਹੁੰਦਾ, ਅਤੇ ਕੋਈ ਨਾ ਕੋਈ ਉਹਦਾ ਜ਼ਰੀਆ ਬਣਦਾ।
मैं पार्टी च आया, मेरे लोगों ने मेरा साथ दिता, पार्टी ने टिकट दिती, फिर लोगों ने वध चढ़ के साथ दिता। तुसी चरणजीत सिंह चन्नी की गल करी, मैनू कदे महसूस ही नहीं होया क्योंकि मेरे लोगों ने मैनू एक चीज़ कही सी कि लाभ सिंह तेरे नाल असी खड़े हाँ जी, तो लोगों की ताकत आ जी अज मैनू, तो मैं कदे सोचा नहीं। बाकी मैं तो एक मैं अज भी पार्टी का वॉलंटियर हाँ जी, तो जे मैनू पार्टी कल नू ये कहूगी कि फलाने थां जाके तां खुद पोस्टर लाने आ ਤਾਂ ਲਾਭ ਸਿੰਘ ਉੱਗੂ ਕੇ ਉੱਥੇ ਪੋਸਟਰ ਲਾ ਰਿਹਾ ਹੋਊ ਜੀ। ਇੱਕ ਇਹ ਵੀ ਹੁੰਦਾ MLA ਸਾਹਿਬ, ਜਿਵੇਂ ਹੁੰਦਾ ਨਾ ਵੀ ਸਿਆਸਤ ਬੜੀ ਸੌਖੀ ਹੈ ਯਾਰ, ਉਨੀ ਕੁ ਸੌਖੀ ਲੱਗਦੀ ਨੇ ਕਈ ਵਾਰੀ ਐਂ ਵੀ ਹੁੰਦਾ ਯਾਰ ਵੀ ਹਲਕੇ ਨੂੰ ਸੰਭਾਲਣਾ ਸੌਖਾ ਕੰਮ ਨਹੀਂ, ਕਿਸੇ ਦੀ ਕੀ ਸਮੱਸਿਆ ਹੁੰਦੀ ਹੈ, ਕਈ ਵਾਰੀ ਤਾਂ ਪਿੰਡ 'ਚ ਤੁਹਾਡੀ ਜਿਹੜੇ ਵਰਕਰ ਹੁੰਦੇ ਨੇ ਜਾਂ ਤੁਹਾਡੇ ਪੱਖ ਦੇ ਲੋਕ ਹੁੰਦੇ ਨੇ ਉਹੀ ਝਗੜ ਪਾਉਂਦੇ ਨੇ ਆਪੇ ਦੀ, ਉਹ ਕਹਿੰਦੇ ਜੀ MLA ਸਾਹਿਬ ਆਹ ਕਰੋ, ਇਹੋ ਜਿਹਾ ਹੋਇਆ ਕਦੇ ਵੀ ਜਾਂ ਪਰਚਾ ਕਰਾਓ MLA ਸਾਹਿਬ ਇਹ ਕੰਮ ਆਪਾਂ ਲਾਜ਼ਮੀ ਕਰਨਾ, ਇਹ ਫੋਨ ਤਾਂ ਆਉਂਦੇ ਹੋਣਗੇ। ਇਹ ਦੇਖੋ ਮੈਂ ਪਰਚਿਆਂ ਦੀ ਸਿਆਸਤ ਦੇ ਲਈ ਨਹੀਂ ਆਇਆ ਜੀ, ਜੀ ਮੈਂ ਮੇਰੇ ਵਲੰਟੀਅਰਾਂ ਨੂੰ ਜਾਂ ਜੋ ਵੀ ਸਾਡੇ ਕੋਲ ਝਗੜੇ ਹੁੰਦੇ ਆ ਮੈਂ ਸਾਰਿਆਂ ਨੂੰ ਇੱਕੋ ਚੀਜ਼ ਸਮਝਾਉਣਾ ਕਿ ਯਾਰ ਜੇ ਤੁਸੀਂ ਪਿੰਡ ਲੈਵਲ 'ਤੇ ਇਹਨੂੰ ਖਤਮ ਕਰ ਲਉਂਗੇ, ਨਿਪਟਾ ਲਉਂਗੇ, ਤਾਂ ਤੁਹਾਡਾ ਆਪਸੀ ਭਾਈਚਾਰਾ ਵੀ ਬਰਕਰਾਰ ਹੋਊਗਾ ਕਿਉਂਕਿ ਅਕਸਰ ਨੂੰ ਰਹਿਣਾ ਤਾਂ ਅਸੀਂ ਉੱਥੇ ਹੀ ਹਾਂ। ਜੇ ਮੇਰੀ ਗਲੀ 'ਚ ਮੇਰੀ ਗੁਆਂਢੀ ਨਾਲ ਲੜਾਈ ਹੋਈ ਆ ਤਾਂ ਮੈਂ ਘਰ ਤਾਂ ਕਿਤੇ ਹੋਰ ਪਾ ਨਹੀਂ ਸਕਦਾ, ਰਹਿਣਾ ਤਾਂ ਅਸੀਂ ਉੱਥੇ ਹੀ ਹਾਂ। ਤਾਂ ਮੈਂ ਉਹਨਾਂ ਨੂੰ ਇੱਕ ਚੀਜ਼ ਸਮਝਾਉਣਾ ਕਿ ਯਾਰ ਜੇ ਮਨ ਦੇ ਵਿੱਚ ਕੋਈ ਮਨ ਵਟਾਵ ਆ, ਕੋਈ ਗਿਲੇ ਸ਼ਿਕਵੇ ਆ, ਤਾਂ ਉਹਨਾਂ ਨੂੰ ਦੂਰ ਕਰਕੇ ਇੱਕ ਦੂਜੇ ਦੇ ਜਿਹੜੇ ਦੁੱਖ ਸੁੱਖ ਦੇ ਸਾਥੀ ਬਣੋ ਜੀ, ਕਿਉਂਕਿ ਵੈਸੇ ਹੀ ਲੋਕਾਂ ਨੂੰ ਸਮੱਸਿਆਵਾਂ ਬਹੁਤ ਨੇ। ਅਤੇ ਜੇ ਤੁਸੀਂ ਕਿਉਂਕਿ ਇੱਕ ਚੀਜ਼ ਕਹਿੰਦੇ ਹੁੰਦੇ ਆ ਕਿ ਪਰਮਾਤਮਾ ਨਾਲੋਂ ਗੁਆਂਢੀ ਨੇੜੇ ਹੁੰਦਾ ਜੀ, ਜੀ ਹੈ ਨਾ, ਕਿ ਜੇ ਕਿਸੇ ਨੂੰ ਸਮੱਸਿਆ ਹੋਊਗੀ ਤਾਂ ਉਹਦੇ ਗਲੀ ਗੁਆਂਢ ਵਾਲੇ ਨਹੀਂ ਸਭ ਤੋਂ ਪਹਿਲਾਂ ਭੱਜ ਕੇ ਪਹੁੰਚਣਾ ਜੀ, ਅਤੇ ਅਸੀਂ ਆਪਾਂ ਉਹਨਾਂ ਨੂੰ ਉਹਨਾਂ ਦੇ ਨਾਲ ਵੀ ਆਪਣੇ ਭਰਾ ਵਾਂਗੂ ਰਹੀਏ। ਅਤੇ ਮੈਂ ਪਰਚਿਆਂ ਦੀ ਸਿਆਸਤ ਲਈ ਆਇਆ ਹੀ ਨਹੀਂ ਜੀ, ਮੈਂ ਸਾਰਿਆਂ ਨੂੰ ਇੱਕ ਚੀਜ਼ ਕਹਿਣਾ ਹੁੰਦਾ ਕਿ ਇਹਨਾਂ ਚੀਜ਼ਾਂ ਤੋਂ ਆਪਾਂ ਦੂਰ ਰਹਿ ਕੇ ਜੀ ਜਿਹੜੇ ਲੋਕਾਂ ਨੇ ਆਪਾਂ ਨੂੰ ਜਿਹੜੀ ਸੋਚ ਲੈ ਕੇ ਚੁਣਿਆ ਆਪਾਂ ਉਹਦੇ 'ਤੇ ਕੰਮ ਕਰੀਏ। ਤੁਹਾਨੂੰ ਲੱਗਦਾ ਹੈ ਵੀ ਜੇ ਇੱਕ ਵਿਧਾਇਕ ਇਸ ਤਰ੍ਹਾਂ ਦੀ ਸੋਚ ਰੱਖਦਾ ਕਿ ਕਿਸੇ 'ਤੇ ਕੋਈ ਪਰਚਾ ਨਹੀਂ ਹੋਊਗਾ ਜਾਂ ਆਪਣੇ ਵਲੰਟੀਅਰਾਂ ਨੂੰ ਨਜਾਇਜ਼ ਜਿਹੜੀ ਸਪੋਰਟ ਨਹੀਂ ਕੀਤੀ ਜਾਊ, ਤੁਹਾਨੂੰ ਲੱਗਦਾ ਕਿ ਹਲਕੇ 'ਚ ਇੱਕ ਵੱਡਾ ਸੁਧਾਰ ਹੋ ਸਕਦਾ ਕਿਉਂਕਿ ਇੱਕ ਵਿਧਾਇਕ ਨੇ ਦੇ ਕਰਕੇ ਹਲਕਾ ਚੱਲਣਾ ਹੁੰਦਾ ਪੂਰਾ? ਅਤੇ ਬਿਲਕੁਲ ਜੀ, ਸਾਡੇ ਜਿੰਨੇ ਵੀ ਵਲੰਟੀਅਰ ਨੇ ਜੀ, ਪਾਰਟੀ ਦੇ ਸਾਥੀ ਆ ਜਿਨ੍ਹਾਂ ਕਰਕੇ ਮੈਂ ਇੱਥੇ ਆਇਆ, ਉਹ ਵੀ ਸਾਰੇ ਬੜੀ ਚੰਗੀ ਸੋਚ ਵਾਲੇ ਆ ਕਿਉਂਕਿ ਸ਼ੁਰੂ ਤੋਂ ਹੀ ਭਦੌੜ ਆ ਜਿਹੜਾ ਆਮ ਆਦਮੀ ਪਾਰਟੀ ਦੀ ਵੱਡੀ ਲੀਡ ਦੇ ਲਈ ਉਹ ਜਾਣਿਆ ਜਾਂਦਾ। ਔਰ ਮੁੱਖ ਮੰਤਰੀ ਜੋ ਹੁਣ ਮੌਜੂਦਾ ਸਾਡੇ ਮੁੱਖ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਨੇ, ਜਦੋਂ MP ਸੀ ਪਹਿਲੀ ਵਾਰ ਵੀ ਅਤੇ ਦੂਸਰੀ ਵਾਰ ਵੀ, ਅਤੇ ਉਹਨਾਂ ਨੇ ਕੋਈ ਵੀ ਕੰਮ ਕਰਨਾ ਹੁੰਦਾ ਸੀ ਤਾਂ ਉਹ ਭਦੌੜ ਤੋਂ ਸ਼ੁਰੂ ਕਰਦੇ ਸੀ। ਤਾਂ ਮੈਂ ਇੱਕ ਛੋਟੀ ਜਿਹੀ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੀਦਾ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ 6 ਮਹੀਨੇ ਹੋਏ ਸੀ ਕਿਸਾਨ ਅੰਦੋਲਨ ਨੂੰ, ਤਾਂ ਮੌਜੂਦਾ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਮੀਟਿੰਗਾਂ ਸ਼ੁਰੂ ਕਰਨੀਆਂ ਭਦੌੜ ਤੋਂ ਜੀ, ਅਤੇ ਮੈਂ ਕਿਹਾ ਕਿ ਮੈਂ ਬਾਈ ਜੀ ਮੈਂ ਸਾਨੂੰ ਕਟਵਾਓਗੇ ਲੋਕਾਂ ਤੋਂ ਜੀ, ਵੀ ਹੁਣ ਇੱਕ ਪਾਸੇ ਤਾਂ ਕਿਸਾਨ ਅੰਦੋਲਨ ਚੱਲ ਰਿਹਾ, ਅਤੇ ਅਸੀਂ ਉਹ ਕਹਿੰਦੇ ਵੀ ਨਹੀਂ ਆਪਾਂ ਕਰਨੀਆਂ ਤਾਂ ਕਰਨੀਆਂ ਵੀ ਭਦੌੜ ਤੋਂ ਹੀ ਆ। ਸੋ ਸਾਡਾ ਬੇਹੱਦ ਪਿਆਰਾ ਸਾਥੀ ਸਾਡਾ ਬਲਾਕ ਇੰਚਾਰਜ ਜੱਸੀ ਕਾਲੇ ਕਿ ਅੱਜ ਦੁਨੀਆ ਨੂੰ ਛੱਡ ਕੇ ਚਲਾ ਗਿਆ ਪਿਛਲੇ ਦਿਨੀ, ਤਾਂ ਬੜੀ ਯਾਦ ਆ ਆਉਂਦੀ ਉਹਨਾਂ ਦੀ। ਅਤੇ ਮੈਂ ਜੱਸੀ ਨੂੰ ਫੋਨ ਕਰਿਆ ਕਿ ਜੱਸੀ ਵੀਰੇ ਇੱਕ ਮੀਟਿੰਗ ਆਪਾਂ ਕਾਲੇ ਕੇ ਕਰਨੀ ਹੈ, ਇੱਕ ਸਹਿਣੇ ਕਰਨੀ ਹੈ, ਅਤੇ ਇੱਕ ਆਪਾਂ ਉੱਗੋ ਕਰਾਂਗੇ। ਤਾਂ ਪਹਿਲਾਂ ਮੈਂ ਮੇਰੇ ਪਿੰਡ ਵਾਲੇ ਨੂੰ ਮਨਾਇਆ, ਫਿਰ ਸਹਿਣੇ ਵਾਲਿਆਂ ਨੂੰ ਕਿਹਾ, ਉਹਨਾਂ ਨੇ ਆਪਣੇ ਪਿੰਡ ਵਾਲੇ ਨੂੰ ਮਨਾਇਆ, ਫਿਰ ਸਾਡਾ ਜਿਹੜਾ ਸਾਥੀ ਚਲਿਆ ਗਿਆ ਦੁਨੀਆ ਤੋਂ ਜੱਸੀ ਕਾਲੇ ਗਏ, ਉਹਨਾਂ ਨੇ ਆਪਣੇ ਪਿੰਡ ਵਾਲਿਆਂ ਨੂੰ ਮਨਾਇਆ। ਅਤੇ ਮਤਲਬ ਅਸੀਂ 3 ਮੀਟਿੰਗਾਂ ਮੁੱਖ ਮੰਤਰੀ ਸਾਹਿਬ ਦੀਆਂ ਉਹ ਬੜੀਆਂ ਸ਼ਾਨਦਾਰ ਕਰਾਈਆਂ, ਅਤੇ ਉਦੋਂ ਬਾਅਦ ਪੂਰੇ ਪੰਜਾਬ 'ਚ ਉਹਨਾਂ ਨੇ ਮੀਟਿੰਗਾਂ ਸ਼ੁਰੂ ਕਰੀਆਂ ਜੀ। ਸੋ ਮਤਲਬ ਸਾਥੀਆਂ ਦਾ ਬੜਾ ਸਾਥ ਰਿਹਾ ਜੀ, ਅਤੇ ਸ਼ੁਰੂ ਤੋਂ ਹੀ ਭਦੌੜ 'ਤੇ CM ਸਾਹਿਬ ਨੂੰ ਬੜਾ ਮਾਣ ਰਿਹਾ ਜੀ। ਇੱਕ MLA ਸਾਹਿਬ ਤੁਹਾਡੇ ਮਾਤਾ ਜੀ ਵੀ ਸਖਤ ਮਿਹਨਤ ਕਰਦੇ ਰਹੇ, ਸਕੂਲ ਦੇ ਵਿੱਚ ਇੱਕ ਸਫਾਈ ਕਰਮਚਾਰੀ ਤੌਰ 'ਤੇ ਕੰਮ ਕਰਦੇ, ਤੁਸੀਂ ਵੀ ਅਕਸਰ ਜ਼ਿਕਰ ਕਰਦੇ ਹੋ, ਮੈਂ ਵੀ ਉਹਨਾਂ ਦੇ ਨਾਲ। ਹੁਣ ਮਾਤਾ ਹੋਣਿਆਂ ਦਾ ਹਾਵ ਭਾਵ ਕੀ ਹੁੰਦਾ ਜਦੋਂ ਇੱਕ ਸਾਲ ਤੋਂ ਵੱਧ ਦਾ ਸਮਾਂ ਸਰਕਾਰ ਨੂੰ ਹੋ ਗਿਆ, ਹਾਲਾਂਕਿ ਕੀ ਹਾਵ ਭਾਵ ਹੁੰਦੇ ਨੇ ਜਾਂ ਅੱਜ ਕੱਲ੍ਹ ਜਿਹੜੀ ਕਿਹੜੀ ਗੱਲਬਾਤ ਮਾਤਾ ਜ਼ਿਆਦਾ ਕਰਦੇ ਨੇ ਵੀ ਪੁੱਤ ਐਵੇਂ ਕਰਨਾ, ਕਿਉਂਕਿ ਜਿਹੜੀਆਂ ਮਾਵਾਂ ਦਾ ਪੁੱਤਾਂ ਨਾਲ ਜ਼ਿਆਦਾ ਹੁੰਦਾ? ਮੇਰੀ ਮਾਤਾ ਨੇ ਔਰ ਮੇਰੇ ਪਿਓ ਨੇ ਮੈਨੂੰ ਹਮੇਸ਼ਾ ਕੋਈ ਚੀਜ਼ ਸਿਖਾਈ ਹੈ ਕਿ ਆਪਾਂ ਕਿਸੇ ਦਾ ਮਾੜਾ ਨਹੀਂ ਕਰਨਾ ਜੀ। ਔਰ ਮੇਰੀ ਮਾਤਾ ਜੀ 3-4 ਦਿਨ ਥੋੜ੍ਹਾ ਬਿਮਾਰ ਵੀ ਰਹੇ ਨੇ ਜੀ, ਪਰ ਹੁਣ ਉਹ ਠੀਕ ਨੇ। ਪਰ ਮੈਨੂੰ ਉਹਨਾਂ ਨੇ ਇੱਕੋ ਚੀਜ਼ ਸਿਖਾਈ ਹੈ ਕਿ ਜੋ ਤਾਕਤ ਜੋ ਸੋਚ ਕੇ ਸਾਨੂੰ ਲੋਕਾਂ ਨੇ ਚੁਣਿਆ ਜੀ, ਅਸੀਂ ਉਹਦੇ 'ਤੇ ਕੰਮ ਕਰਨਾ ਜੀ। ਇੱਕ ਇੰਟਰਵਿਊ ਦੇ ਵਿੱਚ ਮੇਰੀ ਮਾਂ ਨੇ ਕਿਹਾ ਸੀ ਕਿ ਝਾੜੂ ਸਾਡੀ ਜ਼ਿੰਦਗੀ ਆ। ਉਹਦਾ ਕਾਰਨ ਕੀ ਸੀ ਕਿ ਤਕਰੀਬਨ 93-94 ਤੋਂ ਮੇਰੀ ਮਾਤਾ ਜੀ ਮੇਰੇ ਪਿੰਡ ਦੇ ਸਕੂਲ ਦੇ ਵਿੱਚ ਝਾੜੂ ਜੀ ਮਾਰਨ ਦਾ ਕੰਮ ਕਰਦੇ, ਮੈਂ ਖੁਦ 16-17 ਸਾਲ ਉਹਨਾਂ ਦੇ ਨਾਲ ਉੱਥੇ ਝਾੜੂ ਮਰਵਾਇਆ, ਅਤੇ ਉਸ ਝਾੜੂ ਤੋਂ ਬਾਅਦ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਵੀ ਝਾੜੂ ਨਹੀਂ ਬਦਲੀ ਜੀ। ਸੋ ਮੇਰੀ ਮਾਂ ਨੇ ਕਿਹਾ ਸੀ ਕਿ ਝਾੜੂ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ, ਅਤੇ ਅਸ ਕੋਸ਼ਿਸ਼ ਇਹੀ ਆ ਕਿ ਪੰਜਾਬ ਨੂੰ ਔਰ ਆਪਣੇ ਹਲਕੇ ਨੂੰ ਸਾਫ਼ ਕਰਨ ਦੇ ਲਈ ਸਹੀ ਤਰੀਕੇ ਨਾਲ ਉਸ ਝਾੜੂ ਨੂੰ ਚਲਾਈਏ। ਇੱਕ ਅਖੀਰ 'ਤੇ MLA ਸਾਹਿਬ, ਪੰਜਾਬ ਜਿੱਥੇ ਕਿਸਾਨੀ ਦੀ ਸਮੱਸਿਆਵਾਂ ਬਹੁਤ ਆ, ਉੱਥੇ ਬਹੁਤ ਸਾਰੀਆਂ, ਇੱਕ ਸਮੱਸਿਆ ਜਿਹੜੀ ਵੱਡੀ ਹੈ ਉਹ ਪੰਜਾਬ 'ਚ ਨਸ਼ਾ,
जिन्हों पंजाब के मुख्यमंत्री साहब कहते भी रहे कि असी नशा जिहड़ा आ बहुत सारे अफसर से जिहड़ियां ने वह कार्रवाइया भी की गई ने तो हाडे हल्के नशे का की हाल है। तो नाल ही एक मानसा का नौजवान है परविंदर सिंह झोटा उन्होंने उत्ते एफ आई आर दर्ज की गई है, हालांकि पहला भी की गई सी उन्होंने गिरफ़्तारी की गई है। थोनों की लगता है कि उन्होंने गिरफ़्तारी उन्होंने इस तरह परचा दे देना तो लगता नहीं कि ना कि लोग सवाल उठा रहे हैं कहते जी सरकार तो सूँ उम्मीदा सी कि साढ़े पुत सरिंजा तो बच जाएंगे तो उही अच्छ सरकार साढ़े तो परचे कर रही है। परचे नशेड़िया बड़े जोड़े से नशे वेचने वाले तो करने चाहिए सी उन्होंने हो रहे हैं कहते जे नशे रोकने तू लगता है जिदा तुम कह के गल देखो किसानी की पहला गल करते हैं कि इन्ना माड़ा हाल जो हो सी एम साहब ने यूनिवर्सिटी लुधियाना ऑर्डर करे कि जोड़ा भी बई दिन के पनीरी है जी उगा के जोड़ा किसान का नुकसान होया पूरा करिए। और दूसरी गल नशे की मैं आप सॉरी बिच पहलों गल रह गई कि डेढ़ क महीना पहला मैं मानजोग सी एम साहब न मिले तो उन्होंने एक मैं छोटी जी सलाह दी कि आप नशे से इस चीज़ तरीके काम कर सकते हैं तो एक हफ्ते के पूरे पंजाब दे विच उस चीज़ नू लैके जिहड़ियां ऑफिसर्स नू कहता सी कि तुसीं मीटिंगां करो तो सारे वॉलंटियर्स तो जिहड़ा वो डाटा इकट्ठा करे गया सी क्योंकि मैं खुद भी मैं अपने साथी नू इक्को चीज़ कहना कि तुसीं सीधा किसी नशे वाले नाल नहीं लड़ना, तुसीं जिम्मेदारी मेरी लाई आ, तुसीं मैनू दसो कि कौन बेचदा, मैनू कल्ले नू आके दसो, चाहे मेरे वट्सअप ते परसनल भेज दो, मैं एस एस पी बरनाला नू और आई जी साहब नू नाल दी नाल ओह चीज़ां फॉरवर्ड करदा कि इस चीज़ तो साढ़े लोगों वालों शिकायत आई है कि ये नशा बेचते हैं तो उन्होंने जी बनती कार्रवाई या उन्होंने कोई रेड करके उन्होंने फाइ लोकेशन वगैरह कोई फाइंड आउट करके उन्होंने चीज़ों पर काम करो। और दूसरी गल के देखो जी ये चीज़ बड़े लंबे समय तो की है कि सप्लाई चेन तोड़ के नाल नाल जो नौजवानों भी एक सही पासे लेके आने के लिए सरकार काम कर रही है क्योंकि जो खेड ग्राउंड बन रहे हैं ज नौकरियां मिल रही एजुकेशन का जो सिस्टम सही हो रहा ये ही जो ठीक होना। और देखो मैं कोई भी साथी है मैं हर एक को बेनती करना चाहूँगा कि तुहाडे बाल बच्चे ने तुसी कानून नू अपने हाथ च ना लाओ, तुसी जे कोई लोकल तुहाडा डी एस पी एस एच ओ या एस एस पी नहीं सुनता तो तुसी जाके अपने एम एल ए मिलो, जे तुहाडा एम एल ए नहीं सुनता तो तुसी सीएम हो सके मुख्यमंत्री साहब नू मिल सकते हो और पंजाब दे मुख्यमंत्री नू मिलना इस वेले बड़ा सुख है जी। कोई भी आके इंसान जिहड़ा जिहदी कोई समस्या तो मुख्यमंत्री साहब नू मिल सकता तो उत्थे अपनी समस्या जिहड़ी वह दस सकता और असी वचनबद्ध हैं कि नशे नू खत्म करने दे लई और वह करांगे क्योंकि असी असी कोई उन्होंने बड़िया जायदादा बनाने लिए क्योंकि मेरे भी बच्चे आ ते कल नू मैं जो पार्टी ज्वाइन करी सी तो असी एक चंगा पंजाब का भविख सोच के पार्टी ज्वाइन करी सी कि इत्थे पंजाब दा भविख चंगा होवे और उस चीज़ लई मुख्यमंत्री साहब भी वचनबद्ध ने ते जरूर बहुत जल्द इस चीज़ का हल जी। जिवें तुसीं गल कीती है भी कानून च हथ जिहड़ा कानून हैगा हथ च नहीं लैणे तुहानूं लगदा है कि ना कि जदों कानून उत्थे काम नहीं करता जां किसी अफसर कोलों जांदे ने उत्थे सुनवाई नहीं हुंदी तां ही फिर जिहड़े लोग ने परविंदर झोटा जां होर वी बहुत सारे लोग ने फिर ही उह कानून नूं हथ च लैंदे ने तां जे कानून हथ च तां ही लैणा पैंदा जेकर पंजाब च नशा विक रिहा तुहानूं लगदा है कि उहदे कार्रवाई करन नालों होर कोई तरीका लभ लैणा चाहीदा सी प्रशासन नूं गलबात कर लेनी चाहिए थी उन्होंने नहीं देखो जे कोई लोकल लैवल से नहीं सुनता मान लो उन्होंने जो डिवीजन का डी एस पी नहीं सुनता जो उन्होंने एस एस पी नहीं सुनता तो उदू उपर आई जी पटियाला बैठे ने तो जो मर्जी तुम जाके दसो ज पूरी सरकार बैठी है तुम जाके एम एल ए दसो मिनिस्टर दसो जी। तो एम एल ए साहब मैं देख रहा है जो तुम एम एल ए होस्टल आए हो तो कोई सुरक्षा कर्मचारी नहीं कई बार की होंगे मीडिया का काम यह भी होंगे भी जो कुछ दिख रहे उन्होंने भी दिखा पर एक मैं दस्यो भी चंडीगढ़ ही सुरक्षा कर्मचारी नहीं रखते ज फिर हल्के भी एवं होंगे भी एक गए किसी भी पिंड कोई ठीक है भी आम एम एल ए साहब आ गए कोई दिक्कत नहीं कई बार सुरक्षा कर्मचारियों का बहुत रौला पैंदा कहते भी कई बंदे का बहुत कहते हैं कि नाल नाल चलो जी साढ़े देखो जी गल ये भी जो मैं नोमीनेशन फाइल करा जी तो मैं उन्होंने कहा कि मैं उन्होंने कहता से भी मैं सर जोड़े गनमैन नहीं लेने इलैक्शन टाइम से जी तो वह कहते जी तुम सू रिटन के मानजोग एस एस पी साहब न दौ बरनला क्योंकि प्रोटोकॉल आ भी गनमैन तो देनी पैने जी चाहे वह कोई भी जो उम्मीदवार लड़ता उन्होंने सारियां ही दते जाते हैं तो मैं उन्होंने रिटन के देता कि जी मैं सुरक्षा नहीं चाहिए क्योंकि देखो मैं ना तो मेरी पहला किसी ना दुश्मनी सी तो ना ही होना आ लोग सोशल मीडिया से जो कही जा मैं परमात्मा नूं जान देनी है एक चीज़ जानदा कि किसी के पुत्त ते
जाली परचा नहीं पवावांगे ते ना ही आप सवा साल च पवाया और ना ही किसी के पुत नूं नशे ते लावांगे। तो जिहड़ी गल तुसीं सुरक्षा कर्मचारियों की करी है तो उस मेरे ते इलैक्शन वाले दिन भदौड़ हमला हो गया जी। तो वह जदों 11:53 से वह हमला होया तो एकदम जो खबर सोशल मीडिया से फैली तो पूरे बरनाले जिले का प्रशासन उत्थे पहुँचा तो उन्होंने मैनू फिर उस टाइम उन्होंने मैं 4 गनमैन जोड़े वो प्रोवाइड कराए थे कि नहीं हूँ असी मान लो कोई रिस्क नहीं ले सकते बेशक तुसी लिख के दिता जी। तो उस तो बाद मेरे लोगों ने साथ दिता मैं चुनिया गया तो जे जिन्हें गनमैन मिलते ने मैनू दते गए हैं तो मैं कोई बड़ा तुम मेरे गनमैन भी पूछ सकते हो कदे उन्होंने यही क्या भरा वांगू रेंदे आ जिथे मैं रहा उ रेंदे आ कदे उन्होंने यही किया गया कि तुम भाई आ नहीं करना क्योंकि मैं एक चीज़ जानता कि वह जो उन्होंने वोटर भी उन्हों का परिवार भी साडा वोट साडे वोटर ने जी तो जो चुने गए तो कितने ना कितने उन्हों का भी हिस्सा जी। सो जिहड़े जिवें असी रहने जो खाने पीने जो भी आ सारा कुछ वह भी उस तरह ही है। MLA साहब तुम समा दिता बहुत बहुत धन्यवाद बहुत बहुत शुक्रिया जी, जी। परमात्मा सारे चढ़ती कला च रखे जी धन्यवाद। साढ़े नाल हलका भदौड़ तो विधायक लाभ सिंह उगो के गलबात कर रहे थे गलबात पंजाब के मसलों को लैके तो बहुत सारी गलबात उन्होंने निजी जिंदगी लैके भी हुई है। उन्होंने यही कहना है कि आने वाले 5 सालों के सरकार वादिया खरी उतरेगी आने वाले समय के पता लगेगा कि सरकार खरी उतरेगी ज नहीं उतरेगी पर उन्होंने यह कहना है कि सानू पंजाब के मुख्यमंत्री पर विश्वास है तो आने वाले समय के पंजाब के लोगों को बेहतर सहूलत जड़ियाँ दिखाई जाएंगी। मिलते हैं अगली किसी नवी शख्सियत के नाल दिओ आ गया सत श्री अकाल।